ਹੁਣ ਸੁਣੋ ਸਿਗਨੇਚਰਸ ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਇਹ ਸਾਰੀ ਕਹਾਣੀ ਜਿਹੜੀ ਜਦੋਂ ਮੈਂ ਲਿਖੀ ਤਾਂ ਮੈਨੂੰ ਲੱਗਿਆ ਵੀ ਯਾਰ ਬੇਸਿਕਲੀ ਤਾਂ ਬੰਦੇ ਨੇ ਜਿਹੜੇ ਉਹ ਮੋਹ ਦੀ ਜਕੜ 'ਚ ਨੇ, ਮਤਲਬ ਉਹ ਦੋਵੇਂ ਜਣੇ ਨਹੀਂ ਜਾਣਦੇ ਵੀ ਅਸੀਂ ਇੱਕ ਦੂਜੇ ਦੇ ਇੰਨਾ ਨੇੜੇ। ਬਿਲਕੁਲ, ਇੱਕ ਪਾਠਕ ਨੂੰ ਦੱਸਣਾ ਕਿਉਂਕਿ ਕਹਾਣੀ 'ਚ ਤਾਂ ਦਿੰਦਾ ਨਹੀਂ ਕਿਤੇ। ਤਾਂ ਮੈਂ ਬਾਪੂ ਮੈਨੂੰ ਕਹਿੰਦਾ ਕਹਿੰਦਾ ਯਾਰ ਇੰਨੀ ਨੰਗੀ ਚਿੱਟੀ ਗੱਲ ਨਹੀਂ ਸੀ ਲਿਖਣੀ ਚਾਹੀਦੀ, ਜਿਹਦੀ ਇੰਨੀ ਪ੍ਰਸ਼ੰਸਾ ਕੀਤੀ ਉਹਨੂੰ ਉਹ ਅਸ਼ਲੀਲ ਲੱਗੀ। ਆਪਣਾ ਇੱਕ ਟੈਕਸਟ ਉਸਾਰਨ ਦੀ, ਉਹਦੇ ਨਤੀਜੇ ਕੱਢਣ ਦੀ ਪੂਰੀ ਖੁੱਲ੍ਹ ਦੇਵੇ। ਪੱਤਰ ਸਾਹਿਬ ਦਾ ਸ਼ੇਅਰ ਹੈ ਇੱਕ, ਕਹਿੰਦੇ ਵੀ ਪਾਰਖੂਆਂ ਵੀ ਪਰਖੇ ਜਾਣ, ਮੇਰੀ ਗਜ਼ਲ ਨੂੰ ਪਰਖਣ ਲੱਗਿਆ। ਕੁਛ ਪਾਠਕ ਕਹਿਣਗੇ ਵੀ ਯਾਰ ਇਹਦੇ 'ਚ ਐਡੀ ਕਿਹੜੀ ਗੱਲ ਹੈ, ਮਾਰਤੀ ਹੋਊਗੀ ਗੋਲੀ ਉਹਨਾਂ ਨੇ ਬਾਅਦ 'ਚ, ਬਸ ਇੱਥੇ ਤੱਕ ਉਹਨੇ ਤਾਂ ਲਿਖ ਕੇ ਨੇ ਦੱਸ ਦਿੱਤੀ। ਅਤੇ ਕੋਈ ਕਹੂਗਾ ਵੀ ਨਹੀਂ ਮਾਰ ਸਕਦਾ ਯਾਰ। ਤਾਂ ਮੈਂ ਸਮਝਦਾ ਕਿ ਇਹ ਪਾਠਕ ਨੂੰ ਵੀ ਜਿਹੜੀ ਇਸ ਤਰ੍ਹਾਂ ਦੀ ਕਹਾਣੀ ਹੈ ਨਾ, ਉਹ ਜ਼ਿਆਦਾ ਚਿੰਤਨਸ਼ੀਲ, ਜ਼ਿਆਦਾ ਸੰਵੇਦਨਸ਼ੀਲ ਅਤੇ ਜ਼ਿਆਦਾ ਜ਼ਿੰਮੇਵਾਰ ਬਣਾਉਂਦੀ ਹੈ। ਬਿਲਕੁਲ ਸਹੀ, ਪਾਠਕ ਦੇ ਸਾਹਮਣੇ ਮਤਲਬ ਇੱਕ ਹੁਣ ਸਵਾਲ ਆ ਗਿਆ। ਹੁਣ ਇਹ ਸਵਾਲ ਮਤਲਬ ਉਹ ਦ੍ਰਿਸ਼ਟੀ ਹੈ ਜਿਹੜੀ ਪੱਥਰ 'ਚੋਂ ਕੀ ਦੇਖਣਾ ਹੈ ਉਹਨੇ, ਬਿਲਕੁਲ ਸਹੀ ਹੈ ਨਾ, ਇਹਨੇ ਨਿਰਧਾਰਿਤ ਕਰਨਾ ਕਿ ਉਹ ਭਾਈ ਚੀਜ਼ਾਂ ਨੂੰ ਕਿਵੇਂ ਦੇਖਦਾ, ਉਹ ਜਿਹਾ ਉਹਦਾ ਫੈਸਲਾ ਹੋਊਗਾ। ਤਾਂ ਲੇਖਕ ਨਹੀਂ ਸਮਝ ਹੁੰਦਾ ਉਹਨੂੰ ਪਾਠਕ ਦੱਸਦੇ ਨੇ। ਮੈਨੂੰ ਮੇਰੀਆਂ ਕਿੰਨੀਆਂ ਕਹਾਣੀਆਂ ਬਾਰੇ ਲੋਕਾਂ ਨੇ ਦੱਸਿਆ ਵੀ ਆਹ ਬੜੀ ਕਮਾਲ ਕੀਤੀ ਹੈ, ਆਹ ਤਾਂ ਕੀ ਕੀਤਾ। ਅਤੇ ਉਹ ਹੋਰ ਚੱਲਿਆ, ਹੁਣੇ ਮੈਂ ਪੇਪਰ ਪੜ੍ਹਾਇਆ, ਕਿਸੇ ਫੰਕਸ਼ਨ ਕਰਾਇਆ ਸੀ, ਉਹ ਪੜ੍ਹ ਕੇ ਗਿਆ ਪੇਪਰ। ਉਹ ਮੈਨੂੰ ਕਹਿੰਦਾ ਜੀ ਇਹਦਾ ਨੋ ਨਹੀਂ ਮੁਗਲ ਚਾਹੀਦਾ। ਮੈਂ ਕੀ ਗੱਲ ਕਹਿੰਦਾ, ਤੁਸੀਂ ਤਾਂ ਜੱਜਮੈਂਟਲ ਹੋ ਗਏ, ਮਤਲਬ ਆਪਣੀਆਂ ਤਾਂ ਜ਼ਿੰਦਗੀਆਂ ਥੋੜ੍ਹੀਆਂ ਨੇ, ਕਿਤਾਬ ਦੀ ਖਬਰ ਹੈ ਕਿੰਨੀ ਕੁ ਜ਼ਿੰਦਗੀ ਹੈ, ਉਹਨੇ ਪਈ ਰਹਿਣਾ ਸੀ। ਬਿਲਕੁਲ, ਅਤੇ ਮੈਂ ਜਿਹੜਾ ਇੰਨੇ ਦਾਅਵੇ ਕਰਦਾ ਵੀ ਮੈਂ ਬਹੁਤ ਧਰਮ ਨਿਰਪੱਖ ਹੈ, ਮੈਂ ਇਤਿਹਾਸ ਨੂੰ ਇਹ ਨਜ਼ਰੀਏ ਤੋਂ ਦੇਖਦਾ, ਉਹ ਨਜ਼ਰੀਏ ਤੋਂ ਦੇਖਦਾ, 38 ਗੱਲਾਂ ਕਰਦੇ ਹਾਂ ਆਪਾਂ ਹੈ ਨਾ, ਅਤੇ ਉਹ ਆਖ ਨਹੀਂ ਜਾਂਦਾ, ਕਹਾਣੀ ਦਾ ਨਾਂ ਮੁਗਲ ਰੱਖ ਦਿੰਦਾ। ਤੁਸੀਂ ਇੱਥੇ ਲਿਖਿਆ ਹੋਇਆ ਸੀਗਾ ਵੀ ਇਹ ਕਿਤਾਬ ਮੇਰੀ ਧਰਮ ਪਤਨੀ ਅਤੇ ਮੇਰੀ ਛੋਟੀ ਭਰਜਾਈ ਫਲਾਣੀ ਕੌਰ ਨੂੰ ਸਮਰਪਿਤ ਹੈ, ਜਿਹੜੀਆਂ ਕਿ ਕਈ ਵਾਰ ਖਿਜਾ ਦੇਣ ਦੀ ਹੱਦ ਤੱਕ ਚੰਗੀਆਂ ਹੁੰਦੀਆਂ ਨੇ। ਮੇਰੇ ਪਹਿਲੇ ਮਤਲਬ ਲੱਛਣਾਂ 'ਚੋਂ ਇਹ ਸੀਗਾ ਵੀ ਮੈਂ ਵਿਆਹ ਨਹੀਂ ਕਰਵਾਉਣਾ, ਮੇਰੇ ਛੋਟੇ ਭਰਾ ਦਾ ਵਿਆਹ ਪਹਿਲਾਂ ਕਰਿਆ ਸੀ, ਜਿਹਨੇ ਖੇਤੀ ਕਰਨੀ ਹੈ ਨਾ ਉਹਦੇ ਘਰ ਰੋਟੀ ਪਕਾਉਣ ਵਾਲੀ ਚਾਹੀਦੀ ਆ, ਬਿਲਕੁਲ ਖੇਤ ਲੈ ਕੇ ਜਾਣ ਵਾਲੇ ਜਵਾਕ ਚਾਹੀਦੇ ਨੇ, ਇਹ ਫੈਸਲਾ ਕਰ ਲਿਆ ਆਪਣਾ। ਡਿਕਟੇਟ ਕਦੇ ਨਹੀਂ ਕੀਤਾ ਨਾ, ਮੈਨੂੰ ਇਸ ਗੱਲ 'ਚ ਯਕੀਨ ਹੈ ਵੀ ਦੁਨੀਆਂ ਦੀ ਸਾਰੀ ਅਕਲ ਮੈਨੂੰ ਇਹ ਦੇਤੀ ਰੱਬ ਨੇ। ਇੱਕ ਹੋਰ ਗੱਲ ਮੈਂ ਨਾਲ ਜੋੜ ਦਿੰਦੀ ਹਾਂ, ਜਿਹੜੀ ਤੁਸੀਂ ਮੈਨੂੰ ਗੱਲ ਸੁਣਾਉਣ ਵੇਲੇ ਕਹੀ ਸੀਗੀ ਕਿ ਇਹ ਘੜੇ ਨਹੀਂ ਇਸੇ ਕਰਕੇ ਜਿਉਂਦੇ ਨੇ, ਇਹਨਾਂ ਨੇ ਆਲ੍ਹਣੇ ਪਾਏ ਹੋਏ ਨੇ, ਇਹ ਕਾਟੋਆਂ ਫਿਰਦੀਆਂ ਨੇ, ਸੱਪ ਆ ਜਾਂਦੇ ਨੇ, ਵੀ ਇਹਨਾਂ ਦਾ ਕੁਛ ਨਹੀਂ ਫਿਰੇ ਘਰ 'ਚ, ਇਹ ਯਾਰ ਇਹਨਾਂ ਦਾ ਵੀ ਘਰ ਹੈ, ਇਹ ਪਤਾ ਨਹੀਂ ਕਿੱਥੋਂ ਚੁੱਕ ਚੁੱਕ ਕੇ ਇੱਥੇ ਆਏ ਨੇ, ਇਹ ਇਹਨਾਂ ਦਾ ਵੀ ਘਰ ਹੈ ਅਤੇ ਮੇਰੇ ਜਾਣ ਨਾਲ ਨਹੀਂ ਇਹਨੇ ਉੱਜੜਨਾ, ਉੱਧਰ ਤਾਂ ਅਸੀਂ ਰਹੇ ਹਾਂ, ਜਾ ਤਾਂ ਅਸੀਂ ਰਹੇ ਹਾਂ, ਪੰਜਾਬ ਨੂੰ ਇਹ ਗੱਲ ਦਾ ਕੀ ਫਰਕ ਪੈਣਾ ਵੀ ਜੇ ਅਸੀਂ ਸਾਰੇ ਵੀ ਚਲੇ ਜਾਈਏ, ਪੰਜਾਬ ਦਾ ਕੀ ਵਿਗੜਦਾ, ਪੰਜਾਬ ਤਾਂ ਸਮਾਂ ਸੁਖੀ ਹੋ ਜੂ, ਅਸੀਂ ਤਾਂ ਪਾਣੀ ਘੱਟ ਘੱਟ ਬਰਬਾਦ ਕਰਤਾ। ਮੈਂ ਤਾਂ ਇਹ ਕਹਿੰਦਾ ਵੀ ਦਰਖਤ ਲਾਉਣ ਦੀ ਲੋੜ ਨਹੀਂ ਤੁਹਾਨੂੰ, ਕੱਟਣੇ ਬੰਦ ਕਰ ਦਿਉ, ਪੈਦਾ ਤਾਂ ਇਹ ਧਰਤੀ ਨੇ ਆਪੇ ਕਰ ਲੈਣੇ ਨੇ, ਉਹਦੇ ਪੁੱਤ ਨੇ ਇਹ। ਬਿਲਕੁਲ, ਬਾਪੂ ਨੇ ਪੀੜ੍ਹੀ ਡਾਲੀ, ਉਹਦਾ ਸਿਰ ਚੱਕ ਕੇ ਰੱਖਿਆ, ਪੌੜ ਤਾਂ ਸੌਂ ਗਿਆ, ਬਾਪੂ ਨਹੀਂ ਸੁੱਤਾ। ਇਹ ਤਾਂ ਬਾਪੂ ਦੇ ਬਹਾਨੇ ਨਾਲ ਗੱਲ ਹੈ, ਉਸ ਵੇਲੇ ਦੇ ਬਹੁਤੇ ਬੰਦੇ ਜੀਆਂ ਨਾਲ ਇੰਨੀ ਉਹ ਮੁਹੱਬਤ ਕਰਦੇ। ਹੁਣ ਇਹ ਜਿਹੜੀ ਸੈਂਸਿਟੀਵਿਟੀ ਹੈ ਚੀਜ਼ਾਂ ਪ੍ਰਤੀ, ਇਹ ਸਾਡੇ 'ਚ ਉਨੀ ਨਹੀਂ ਰਹੀ, ਅਸੀਂ ਤਾਂ ਗੁਆਤੀਆਂ ਚੀਜ਼ਾਂ। ਮੋਹ ਪਾਸ਼ ਕਹਾਣੀ ਦਾ, ਹਾਲਾਂਕਿ ਇਹ ਫਿਲਮ ਸਾਡੇ ਵਾਲੀ ਇਸ ਕਹਾਣੀ 'ਤੇ ਆਧਾਰਿਤ ਨਹੀਂ ਆ, ਅਡੈਪਟੇਸ਼ਨ ਹੈ ਮੋਹ ਪਾਸ਼ ਦੀ, ਅਤੇ ਇਹਦਾ ਫਿਲਮ ਦੇ ਰੂਪ ਦੇ ਵਿੱਚ ਫਿਰ ਵੀ
ਇਸ ਵਿਚਾਰ ਦਾ ਜਾਂ ਇਸ ਥੋਟ ਦਾ ਫਿਲਮ ਦੇ ਰੂਪ ਦੇ ਵਿੱਚ ਆਉਣਾ ਇਹ ਕਿਵੇਂ ਸੰਭਵ ਹੋਇਆ ਸੀਗਾ? ਨਿਰਦੇਸ਼ਕ ਜਤਿੰਦਰ ਮਾਠੋਰਾ ਦੇ ਨਾਲ ਤੁਹਾਡੀ ਕਦੋਂ ਤੋਂ ਜਾਂ ਕਿਵੇਂ ਦੀ ਸਾਂਝ ਹੈ? ਇਹ ਵੀ ਮਤਲਬ ਬੜੀ ਇੰਟਰਸਟਿੰਗ ਗੱਲ ਹੈ ਕਿ ਸਾਡੇ ਨਾ ਮਿੱਤਰ ਨੇ, ਇੱਕ ਲੇਖਕ ਹੋਣ ਕਰਕੇ ਮਿੱਤਰ ਨੇ, ਵੈਸੇ ਉਹ 71 ਦੇ ਉਹਦੇ ਤੋਂ ਰਿਟਾਇਰ ਹੋਏ ਨੇ, NS ਰਤਨ ਹੋਣੀ, ਅੱਛਾ ਜੀ, ਨਰਪਿੰਦਰ ਰਤਨ, ਬਹੁਤ ਸੋਹਣੇ ਕਹਾਣੀਕਾਰ ਨੇ ਅਤੇ ਪਿੱਛੇ ਜੇ ਉਹਨਾਂ ਦੇ ਸਵੈਜੀਵਨੀ ਅੰਸ਼ ਵੀ ਬਹੁਤ ਸੋਹਣਾ ਚੱਲਿਆ। ਉਹਨਾਂ ਦੀ ਸਿਸਟਰ ਦੀ ਮੇਰੇ ਯਾਦ ਹੈ ਵੀ ਡੈਥ ਹੋਈ 1997 96 ਜਾਂ 98 ਦੇ ਇਹਨਾਂ ਸਾਲਾਂ 'ਚ ਕਿਤੇ, ਹੈ ਨਾ, ਅਤੇ ਉਹਦੇ ਭੋਗ 'ਤੇ ਗਏ ਹੋਏ ਚੰਡੀਗੜ੍ਹ। ਉੱਥੇ ਮੈਨੂੰ ਇੱਕ ਮੁੰਡਾ ਆਇਆ, ਇਨਕਾਈਆਂ ਲੱਗੀਆਂ ਹੋਈਆਂ, ਮੈਨੂੰ ਪਛਾਣਿਆ ਵੀ ਭਾਅ ਜੀ, ਸਤਿ ਸ਼੍ਰੀ ਅਕਾਲ ਕਹੀ, ਅਤੇ ਮੈਨੂੰ ਕਹੀ ਮੈਂ ਪਛਾਣਿਆ ਨਹੀਂ ਤੈਨੂੰ ਕਦੀ, ਮੈਂ ਤੁਸੀਂ ਬਲਵਿੰਦਰ ਗਰੇਵਾਲ ਹੋ ਅਤੇ ਤੁਹਾਡੀ ਕਹਾਣੀ ਮੋਹ ਪਾਸ਼, ਇਹਦੇ 'ਤੇ ਅਸੀਂ ਕਦੇ ਫਿਲਮ ਬਣਾਉਣੀ ਹੈ। ਅੱਛਾ। ਅਤੇ ਉਦੋਂ ਉਹਨਾਂ ਨੇ ਅਜੇ ਫਿਲਮਾਂ ਬਣਾਉਣੀਆਂ ਸ਼ੁਰੂ ਨਹੀਂ ਸੀ ਕੀਤੀਆਂ, ਕਿਉਂਕਿ ਉਹਨੇ ਪਹਿਲੀ ਫਿਲਮ ਨਾਪਰ ਬਣਾਈ ਉਹ ਰਾਜੀਵ ਸੀ। ਹਾਂਜੀ। ਅਤੇ ਉਦੋਂ ਬਾਅਦ ਦਲਜੀਤ ਅਮੀ ਸਾਡਾ ਵੱਡਾ ਪੱਤਰਕਾਰ ਹੈ, ਬਿਲਕੁਲ, ਅਤੇ ਜਤਿੰਦਰ ਮਾਹੌਰ, ਇਹਨਾਂ ਨਾਲ ਸੰਪਰਕ ਹੋਇਆ। ਚਲੋ ਸਾਡੇ ਘਰ ਦੇ ਮੁੰਡੇ ਨੇ, ਹੁਣ ਤਾਂ ਇਹ ਆਉਂਦੇ ਜਾਂਦੇ ਨੇ, ਉਹ ਗੱਲ ਚੱਲਦੀ ਰਹੀ, ਵਿੱਚ ਨਾਬਰ ਵੀ ਬਣਾ ਲਈ ਅਸੀਂ, ਸਾਵੀ ਵੀ ਆ ਗਈ, ਕਿੰਨੇ ਹੋਰ ਮੈਂ ਐਪਿਕ ਟੈਲੀਵਿਜ਼ਨ ਦੇ ਅਤੇ ਗੌਰਮੈਂਟ ਦੇ ਪ੍ਰੋਜੈਕਟ ਕੀਤੇ ਵੀ, ਛੋਟੀਆਂ ਛੋਟੀਆਂ ਡਾਕੂਮੈਂਟਰੀਜ਼ ਉੱਥੋਂ ਬਣਾਈਆਂ, ਜਲ੍ਹਿਆਂਵਾਲੇ ਬਾਗ 'ਤੇ ਐਪਿਕ ਟੈਲੀਵਿਜ਼ਨ ਵਾਲਿਆਂ ਨੇ, ਗੁਰੂ ਨਾਨਕ ਦੇ 550 ਸਾਲਾਂ 'ਤੇ ਜਿਹੜੀ ਉਹਨਾਂ ਨੇ ਸੀਰੀਜ਼ ਬਣਾਈ ਉਹ ਵੀ ਮੇਰੀ ਲਿਖੀ ਹੋਈ ਸੀ। ਅੱਛਾ ਜੀ। ਅਤੇ ਇਹ ਵੀ ਆਉਂਦੇ ਰਹੇ, ਗੱਲਾਂ ਸਾਡੀਆਂ ਸਾਹਿਤ ਬਾਰੇ ਵੀ ਚੱਲਦੀਆਂ ਰਹੀਆਂ। ਅਤੇ 2016 'ਚ ਮੇਰਾ ਖਿਆਲ ਹੈ ਮੈਨੂੰ ਪਹਿਲੀ ਵਾਰ ਇਹਨੇ ਫਿਰ ਕਿਹਾ, ਜਤਿੰਦਰ ਮੌਰ ਨੇ, ਭਾਅ ਜੀ ਇਹ ਕਹਾਣੀ 'ਤੇ ਆਪਾਂ ਫਿਲਮ ਬਣਾਉਣੀ ਹੈ, ਮੈਂ ਕੋਈ ਬਣਾ ਲਓ, ਕੋਈ ਗੱਲ ਨਹੀਂ ਹੈ, ਬਸ ਵੀ ਤੈਨੂੰ ਦੱਸਤਾ ਵੀ ਹੁਣ ਤੂੰ ਕੰਮ ਸ਼ੁਰੂ ਕੀਤਾ, ਮੈਂ ਤੂੰ ਵੀ ਹੋਰ ਪੁੱਛ, ਮੈਂ ਆ ਨਹੀਂ ਕਰੂੰਗਾ। ਅਤੇ ਬਸ ਫਿਰ ਉਹਨੇ ਬਣਾ ਲਈ, ਅਤੇ ਜਿਹੜੀਆਂ 2-3 ਗੱਲਾਂ ਵਿੱਚ ਕਰੀਆਂ ਜਿਵੇਂ ਹੁਣ ਕਹਾਣੀ 'ਚ ਨਹੀਂ ਹੈਗੀਆਂ ਉਹ ਫਿਰ ਉਹਨਾਂ ਨੇ ਮੈਤੋਂ ਪਹਿਲਾਂ ਪੁੱਛ ਲਿਆ, ਮੈਨੂੰ ਕਹਿੰਦੇ ਵੀ ਆਏ ਗੱਲਾਂ ਅਸੀਂ ਕਰਾਂਗੇ ਇਹਦੇ 'ਚ। ਅੱਛਾ ਜੀ। ਪਰ ਇਹ ਵੀ ਉਹ ਮੈਨੂੰ ਨਾ ਵੀ ਦੱਸਦਾ ਤਾਂ ਜਤਿੰਦਰ ਹੋਇਆ, ਰਾਜੀਵ ਹੋਇਆ, ਤੁਮੀ ਹੋਇਆ, ਇਹਨਾਂ 'ਤੇ ਤਾਂ ਵੈਸੇ ਹੀ ਵਿਸ਼ਵਾਸ ਹੈ ਨਾ, ਇਹ ਤਾਂ ਮਤਲਬ ਚਾਹੇ ਕਿਤੇ ਅੱਖਾਂ ਵਿੱਚ ਕੇ ਸਾਈਨ ਕਰਾ ਕੇ ਲੈ ਜਾਂਦੇ, ਅਤੇ ਇਹ ਜੋ ਵੀ ਕਰਨਗੇ ਉਹ ਮੈਨੂੰ ਨਹੀਂ ਲੱਗਦਾ ਵੀ ਮੇਰੇ ਵਿਚਾਰ ਤੋਂ ਬਾਹਰ ਜਾਊਗਾ, ਸਾਡਾ ਆਪਸ ਵਿੱਚ ਇੰਨੀ ਕੁ ਅੰਡਰਸਟੈਂਡਿੰਗ ਸਾਹਿਤ ਪ੍ਰਤੀ ਜ਼ਿੰਦਗੀ ਪ੍ਰਤੀ ਉਹ ਹੈਗੀ, ਬਿਲਕੁਲ, ਅਤੇ ਇੱਕੋ ਜਿਹੇ ਨੇ, ਹੈ ਨਾ ਸਾਡੇ, ਤਾਂ ਬੜੀ ਗੱਲ ਇਹ ਹੁੰਦੀ ਹੈ ਵੀ ਇੱਕ ਆਮ ਤੌਰ 'ਤੇ ਕਿਹਾ ਜਾਂਦਾ ਸੀ ਵੀ ਕਹਿੰਦੇ ਨੇ ਮਾਈਕਲ ਐਂਜਲੋ ਤੋਂ ਕਿਸੇ ਨੇ ਪੁੱਛਿਆ, ਉਹ ਬੁੱਤ ਘਾੜਾ ਸੀ ਬਹੁਤ ਵੱਡਾ, ਵੀ ਇਹ ਤੂੰ ਪੱਥਰ 'ਚੋਂ ਮੂਰਤੀ ਕਿਵੇਂ ਕੱਢ ਲੈਣਾ? ਉਹ ਕਹਿੰਦਾ ਵੀ ਮੈਂ ਕੁਛ ਨਹੀਂ ਕੱਢਦਾ, ਮੂਰਤੀ ਤਾਂ ਪੱਥਰ ਦੇ ਪਹਿਲਾਂ ਹੀ ਵਿੱਚ ਹੁੰਦੀ ਹੈ, ਮੈਂ ਤਾਂ ਉਹਦੇ ਆਲੇ ਦੁਆਲੇ ਉਹ ਵਾਧੂ ਪੱਥਰ ਹਟਾ ਦਿੰਦਾ। ਇਹਦਾ ਮਤਲਬ ਹੈ ਕਿ ਉਹ ਮੂਰਤੀ ਉਹਨੂੰ ਦਿੰਦੀ ਹੈ, ਜਿਹੜਾ ਮੈਨੂੰ ਪੱਥਰ ਦਿਸਦਾ ਉਹਨੂੰ ਉਹ ਮੂਰਤੀ ਦਿਸਦੀ ਹੈ। ਪਰ ਅੱਜ ਕੱਲ੍ਹ ਇਦੋਂ ਇੱਕ ਗ੍ਰਾਹਾਂ ਗੱਲ ਕਹੀ ਜਾਂਦੀ ਹੈ ਕਿ ਪੱਥਰ 'ਚ ਮੂਰਤੀ ਪਈ ਹੈ, ਪਰ ਤੁਹਾਨੂੰ ਮੂਰਤੀ ਕਿਹੜੀ ਦਿੰਦੀ ਹੈ, ਦਿੰਦੀ ਹੈ ਉਹਦੇ 'ਚ ਕਿਸੇ ਦਾ, ਭੁੱਖੇ ਦਾ, ਗਰੀਬ ਦਾ, ਮਜ਼ਦੂਰ ਦਾ, ਲੱਕਾ ਲੱਗਿਆ ਢਿੱਡ ਦਿਸਦਾ, ਤੁਹਾਨੂੰ ਮਤਲਬ ਕੋਈ ਉਹਦੇ 'ਚੋਂ ਖੂਬਸੂਰਤ ਸੁੰਦਰੀ ਦਿਸਦੀ ਹੈ,
ਤੇ ਉਹਦੇ ਚੋਂ ਤੁਸੀਂ ਮਤਲਬ ਉਹਦੀ ਇੱਕ ਨੇਕਡ ਬੁੱਤ ਹੈ ਜਿਹੜਾ ਕੱਢ ਲੈਂਦੇ ਹੋ। ਇਹ 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 ਦ੍ਰਿਸ਼ਟੀ ਹੈ, ਇਹ ਹੁਣੀ ਮਤਲਬ ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਤੁਹਾਡੀ ਦ੍ਰਿਸ਼ਟੀ ਹੈ, ਤੁਹਾਨੂੰ ਚੀਜ਼ਾਂ 'ਚੋਂ ਦਿਸਦਾ ਕੀ ਹੈ, ਨਿਗਾਹ ਟਿਕਦੀ ਕਿੱਥੇ ਹੈ। ਤਾਂ ਫਿਰ ਇਹ ਜਿਹੜੇ ਮੁੰਡੇ ਨੇ ਜਤਿੰਦਰ ਮਾਹੌਰ ਹੈ, ਦਲਜੀਤ ਅਮੀ ਹੈ, ਰਾਜੀਵ ਹੈ, ਤਾਂ ਬਾਬਾ ਹੀ ਕੰਮ ਕਰਿਆ ਮੈਂ ਇਹਨਾਂ ਨਾਲ ਤਾਂ, ਅਤੇ ਉਹ ਸਾਡੀ ਫਿਰ ਨਿਗਾਹ ਆਮ ਤੌਰ 'ਤੇ ਇੱਕੋ ਹੀ ਥਾਂ ਜਾ ਕੇ ਟਿਕਦੀ ਹੈ, ਸਾਨੂੰ ਉਹਨਾਂ ਚੀਜ਼ਾਂ 'ਚੋਂ ਉਹ ਹੀ ਦਿਸਦਾ। ਇਸ ਲਈ ਫਿਰ ਮੈਂ ਕੋਈ ਗੱਲ ਨਹੀਂ ਕਰੀ, ਮੈਂ ਸਕ੍ਰਿਪਟ ਨਹੀਂ ਦੇਖੀ, ਕੁਛ ਨਹੀਂ ਕਿਹਾ, ਅਤੇ ਉਹਨੂੰ ਕਹਿਤਾ ਤੂੰ ਜੋ ਬਣਾਉਣਾ ਬਣਾ ਲੈ, ਅਤੇ ਹੁਣ ਫਿਰ ਆਪਾਂ ਰਿਲੀਜ਼ ਹੋਈ ਤਾਂ ਦੇਖਾਂਗੇ ਵੀ ਭਾਈ ਕੀ ਨਿਕਲਿਆ, ਹੈ ਨਾ। ਅਤੇ ਮੈਨੂੰ ਉਮੀਦ ਹੈ ਕਿਉਂਕਿ ਮੇਰਾ ਉਹਦੇ 'ਚ ਵਿਸ਼ਵਾਸ ਬਹੁਤ ਹੈ, ਚੰਗੀ ਬਣੀ ਹੋਊ, ਅਤੇ ਦੂਜੇ ਉਹ ਫਿਲਮ ਆਪਣਾ ਸੰਦੇਸ਼ ਲੈ ਕੇ ਆਉਂਦੀ ਹੈ, ਬਿਲਕੁਲ, ਹੈ ਨਾ, ਉਹ ਆਪਣੀ ਇੱਕ ਗੱਲ ਕਹਿੰਦੀ ਹੈ। ਸ਼ੁਭ ਸ਼ਾਵਾਂ ਨੇ ਉਹਨਾਂ ਲਈ। ਤੁਸੀਂ ਆਪਣੀ ਕਹਾਣੀ ਦਾ ਸਿਰਲੇਖ ਰੱਖਿਆ ਸੀ ਮੂੰਹ ਪਾਸ਼, ਅਤੇ ਫਿਲਮ 'ਚ ਜਦੋਂ ਉਹ ਤਬਦੀਲ ਹੁੰਦੀ ਆ ਤਾਂ ਉਹਦਾ ਸਿਰਲੇਖ ਬਣ ਜਾਂਦਾ ਸਾਡੇ ਵਾਲੇ। ਤਾਂ ਹੁਣ ਜਿਵੇਂ ਇੱਕੋ ਹੀ ਥੋਟ ਨੂੰ ਤੁਸੀਂ ਦੋ ਸਿਰਲੇਖਾਂ ਨਾਲ ਦੇਖ ਰਹੇ ਹੋ, ਤੁਹਾਨੂੰ ਇਹ ਵਾਲਾ ਸਿਰਲੇਖ ਚੰਗਾ ਲੱਗਿਆ? ਦੇਖੋ, ਇਹ ਇਸ ਗੱਲ 'ਤੇ ਨਿਰਭਰ ਕਰਦਾ ਕਿ ਕੀ ਇਹ ਪੂਰੀ ਫਿਲਮ ਦੇ ਆਈਡੀਏ ਨੂੰ ਕਲਾਵੇ 'ਚ ਲੈਂਦਾ ਹੈ ਕਿ ਨਹੀਂ ਲੈਂਦਾ। ਕਹਾਣੀ ਲੈਂਦੀ ਸੀ, ਕਹਾਣੀ ਦਾ ਤਾਂ ਜਿਹੜਾ ਉਹ ਪੰਜਾਬੀ 'ਚ ਪਹਿਲੀ ਵਾਰ ਮੈਂ ਵਰਤਿਆ ਹੋਇਆ ਸ਼ਬਦ ਹੈ ਜੀ, ਮੂੰਹ ਪਾਸ਼, ਮੂੰਹ ਪਾਸ਼। ਅਤੇ ਉਹ ਮੇਰੇ ਖਿਆਲ ਆਇਆ ਸੀ ਰਮਾਇਣ 'ਚ ਨਾ, ਜਦੋਂ ਮੇਘਨਾਥ ਉਹ ਤੀਰ ਚਲਾਉਂਦਾ, ਜਿਹੜੇ ਮਤਲਬ ਸੱਪਾਂ ਵਾਂਗ ਬੰਨ ਲੈਂਦੇ ਨੇ ਸਾਰੀ ਫੌਜ, ਅਤੇ ਉਹਨੂੰ ਨਾਗ ਪਾਸ਼ ਕਿਹਾ ਗਿਆ ਰਮਾਇਣ 'ਚ, ਉਹਨੂੰ ਨਾਗ ਪਾਸ਼ ਕਹਿੰਦੇ ਨੇ। ਫਿਰ ਉਹ ਮੈਂ ਸਮਝ ਗਿਆ ਵੀ ਪਾਸ਼ ਬੰਧਨ ਹੈ, ਨਾਗ ਦਾ ਬੰਨਿਆ ਹੋਇਆ ਨਾ, ਨਾਗ ਦੀ ਜਕੜ। ਸੋ ਮੈਨੂੰ ਇਹ ਸਾਰੀ ਕਹਾਣੀ ਜਿਹੜੀ ਜਦੋਂ ਮੈਂ ਲਿਖੀ ਤਾਂ ਮੈਨੂੰ ਲੱਗਿਆ ਵੀ ਯਾਰ ਬੇਸਿਕਲੀ ਤਾਂ ਬੰਦੇ ਨੇ ਜਿਹੜੇ ਉਹ ਮੋਹ ਦੀ ਜਕੜ 'ਚ ਨੇ, ਮਤਲਬ ਉਹ ਜਿਹੜੇ ਹੁਣ ਉਹਦੇ ਹਥਿਆਰਾਂ ਦੇ ਸਾਹਮਣੇ ਖੜਾ ਤਾਂ ਉਹ ਨਿਹਤਾ, ਮਤਲਬ ਉਹ ਬੰਦੇ ਮਾਰਨ ਲਈ ਬਿਲਕੁਲ ਤਿਆਰ ਖੜੇ ਨੇ, ਉਹ ਤਾਂ ਉਡੀਕਦੇ ਨੇ ਵੀ ਉਹ ਕਾਰ ਆਉਣੀ ਹੈ, ਅਸੀਂ ਉਹ ਕਾਰ 'ਚ ਬੈਠ ਕੇ ਉਹਨੂੰ ਮਾਰ ਕੇ ਭੱਜ ਜਾਣਾ, ਵੀ ਉਹਨੇ ਛੁੱਟਣਾ ਸੀ ਰਾਹ 'ਚ ਮਾਰ ਦੇਣਾ ਉਹਨੂੰ, ਅਤੇ ਉਹ ਕਰੀ ਆ ਗਿਆ ਜਿਹਨੂੰ ਉਹ ਮਾਰਨ ਦੀਆਂ ਤਿਆਰੀਆਂ ਕਰਦੇ ਨੇ, ਉਹ ਤੁਹਾਡੇ ਸਾਹਮਣੇ ਆ ਗਿਆ, ਬਿਲਕੁਲ, ਅਤੇ ਮਾਰ ਦਿਓ। ਉਹ ਕਿਉਂ ਨਹੀਂ ਮਾਰ ਹੋਇਆ? ਕਿਉਂਕਿ ਉਹ ਦੋ ਜਣੇ, ਮਨਜੀਤ ਜਿਹੜਾ ਮੁੰਡਾ ਵਿਕਰ ਦੇ ਕਤਲ 'ਚ ਜੇਲ੍ਹ 'ਚ ਹੈ, ਕਤਲ ਦੇ ਆਰੋਪ 'ਚ, ਅਤੇ ਉਹਦੀ ਮਾਂ, ਉਹ ਦੋਏ ਉਹ ਰੂਹਾਂ ਨੇ ਵਿਕਰ ਦੀ ਮਾਂ, ਵਿਕਰ ਦੀ ਮਾਂ ਜਿਹੜੀ ਉਹਨੂੰ, ਮਤਲਬ ਦੋਏ ਉਹਨੂੰ ਵਿਕਰ ਨੂੰ ਉੱਨੀ ਮੁਹੱਬਤ ਕਰਦੇ ਨੇ, ਅਤੇ ਉਹ ਦੋਹਾਂ ਦੀ ਕਿਸੇ ਨੇ ਉਹ ਦੁੱਖ ਸੁਣਿਆ ਨਹੀਂ, ਜੇ ਤਾਂ ਵਿਕਰ ਦੇ ਘਰ ਦੇ ਆਉਂਦੇ ਨੇ, ਉਹ ਤਾਂ ਸੱਥਰ ਤੋਂ ਹੀ ਮਤਲਬ ਮੁਕੱਦਮੇ ਦੀਆਂ ਗੱਲਾਂ ਚੱਲਣੀਆਂ ਸ਼ੁਰੂ ਹੋ ਗਈਆਂ, ਅਤੇ ਦਾਪੇ 'ਚ, ਅਤੇ ਜਦੋਂ ਵਿਕਰ ਨੂੰ ਉਹਨੂੰ ਮਨਜੀਤ ਨੂੰ ਕੋਈ ਮਿਲਣ ਜਾਂਦਾ, ਹੁਣ ਉਹ ਜਦੋਂ ਘਰ ਆ ਜਾਂਦਾ ਤਾਂ ਉਹ ਇੱਕ ਦੂਜੇ ਨੂੰ ਮਿਲਦੇ ਨੇ, ਵਿਕਰ ਦੀ ਮਾਂ ਅਤੇ ਮਨਜੀਤ, ਅਤੇ ਉਸ ਮਰ ਗਏ ਬੰਦੇ ਲਈ ਰੋਂਦੇ ਨੇ, ਅਤੇ ਉਹ ਹਥਿਆਰਾਂ ਵਾਲੇ ਤਾਂ ਖੜ੍ਹੇ ਨੇ, ਫਿਰ ਕਿਉਂ ਨਹੀਂ ਮਾਰ ਸਕੇ? ਕਿਹੜੀ ਚੀਜ਼ ਹੈ ਜਿਹਨੇ ਉਹਨਾਂ ਨੂੰ ਰੋਕਤਾ? ਉਹ ਬੰਧਨ ਹੈ ਪ੍ਰੇਮ ਦਾ, ਉਹ ਮੋਹ ਦੇ ਪਾਸ਼ 'ਚ ਨੇ, ਬਿਲਕੁਲ, ਉਹ ਮੋਹ ਪਾਸ਼ ਹੈ ਜਿਹੜੀ ਉਹਨਾਂ ਨੇ, ਅਤੇ ਉਹ ਨਹੀਂ ਤੋੜਿਆ ਜਾ ਸਕਦਾ, ਮਤਲਬ ਉਹੀ ਇੱਕ ਕਵਚ ਹੈ ਮਨੁੱਖਤਾ ਲਈ, ਜਿਹੜੀ ਮੈਨੂੰ ਐਂ ਲੱਗਦਾ ਵੀ ਕਹਾਣੀ ਨੇ ਇਹ ਕਿਹਾ, ਅਤੇ ਮੈਂ ਇਹ ਗੱਲ
बिल्कुल समझ के कही कि भी एक कवच है, मुहब्बत का कवच है जिदे च दुनिया सेफ रह सकती है। मैंने बंद ने जिन्हें तुम दस कहना भी कहानी समस्या तक नहीं जाती भी उन्होंने गाहां लेके जाती है हल थोड़े सामने लेके आँदी है भी भाई इनू तुम इवें एड्रैस करना पेगा चीज़ा हालांकि ये कोई साहित्य का ना काम है तो ना इनू कोई बहुता चंगा समझा जाता है तो मैं इच्छा तो यथार्थ का कहानीकार कह के छटिया जाता पर मैं कहना भी कोई गल नहीं मेरा इस गल च विश्वास है मैं जो कहना मैं वो यकीन करता एक जिमें तुहाडियां कहानियां पढ़दे आ हुण जिमें मोह पाश वी आ चलो समझण वाले समझ जाणगे जदों फिल्म नूं देखणगे जां कहानी नूं देखणगे ना पर कईआं दे लई उह सवाल वी होऊगा कि फिर उस तों बाद की होया हो उहनां ने मारिया हो मनजीत जां नहीं मारिया हो जिमें डबोलिया जदों असीं पढ़दे आ ना उहदा अखीर जदों आउंदा तां उदों वी पढ़न वाला सोचदा एक तरहां दे नाल उहदे अंदर एक होर क्यूरियोसिटी पैदा हुंदी आ वी फिर उह बच्चा ਕੱਢਿਆ ਗਿਆ ਹੋ ਜਾਂ ਨਹੀਂ ਕੱਢਿਆ ਗਿਆ ਹੋਊਗਾ ਹੈ ਨਾ ਜਾਂ ਹਰਿਆ ਬੂਟ ਜਦੋਂ ਆਪਾਂ ਪੜ੍ਹਦੇ ਹਾਂ ਵੀ ਉਸ ਤੋਂ ਬਾਅਦ ਫਿਰ ਉਹ ਜਿਹੜੀ ਕੁੜੀ ਆ ਜਿਵੇਂ ਸਹੁਰਾ ਉਹਦੇ ਹੱਕ 'ਚ ਆ ਕੇ ਖੜਾ ਹੁੰਦਾ ਫਿਰ ਉਹ ਧੀ ਬਣ ਕੇ ਉਹਦੇ ਘਰ ਰਹੀ ਹੋਊਗੀ ਜਾਂ ਉਹਦਾ ਬੱਚਾ ਲੈ ਕੇ ਉਹਦੇ ਪੇਕੇ ਘਰ ਚਲੀ ਗਈ ਹੋਊਗੀ ਤੁਹਾਡੀਆਂ ਤੁਹਾਨੂੰ ਵੀ ਲੱਗਦਾ ਕਿ ਤੁਹਾਡੀਆਂ ਕਹਾਣੀਆਂ ਸਵਾਲ ਛੱਡਦੀਆਂ ਨੇ ਹਾਂ ਦੇਖੋ ਇਹਨੂੰ ਜਿਹੜੀ ਇਹ ਗੱਲ ਹੈ ਬਹੁਤ ਸਾਰੀਆਂ ਕਹਾਣੀਆਂ ਛੱਡਦੀਆਂ ਨੇ ਮਤਲਬ ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ ਹੈ ਉਹਨੂੰ ਅਕਸਰ ਵਿਵਰਜਿਤ ਰਿਸ਼ਤਿਆਂ ਦੀ ਕਹਾਣੀ ਦੇ ਤੌਰ 'ਤੇ ਪੜ੍ਹਿਆ ਗਿਆ ਅਤੇ ਪਹਿਲੀ ਗੱਲ ਉਹਦੇ 'ਚ ਕੋਈ ਵਿਵਰਜਿਤ ਰਿਸ਼ਤਾ ਬਣਿਆ ਹੀ ਨਹੀਂ ਉਹਨਾਂ ਨੂੰ ਤਾਂ ਉਸ ਘੜੀ ਪਤਾ ਲੱਗਿਆ ਵੀ ਅਸੀਂ ਇੱਕ ਦੂਜੇ ਨੂੰ ਇੰਨੀ ਮੁਹੱਬਤ ਕਰਦੇ ਹਾਂ ਸਾਡਾ ਇੱਕ ਦੂਜੇ ਬਿਨਾਂ ਜਿਉਣਾ ਸੰਭਵ ਨਹੀਂ ਮਤਲਬ ਉਹ ਘੜੀ ਹੈ ਉੱਥੋਂ ਪਹਿਲਾਂ ਤਾਂ ਉਹਨਾਂ ਨੇ ਕਦੇ ਕਿਸੇ ਗੱਲ ਬਾਰੇ ਮਤਲਬ ਸਾਰੀ ਮਤਲਬ ਉਸ ਕਹਾਣੀ ਦੀ ਜਿਹੜੀ ਮੈਂ ਆਪਣੀ ਗੱਲ ਚੰਗੀ ਨਹੀਂ ਹੁੰਦੀ ਪ੍ਰਸ਼ੰਸਾ ਕਰਨੀ ਪਰ ਉਹਦੀ ਖੂਬਸੂਰਤੀ ਹੈ ਕਿ ਸਾਰੀ ਕਹਾਣੀ 'ਚ ਕੋਈ ਅਸ਼ਲੀਲ ਗੱਲ ਨਹੀਂ ਬਿਲਕੁਲ ਪਰ ਤੁਹਾਨੂੰ ਮੈਂ ਹੈਰਾਨੀ ਵਾਲੀ ਗੱਲ ਦੱਸਦਾ ਮੈਂ ਨਾ ਉਹ ਆਪਣੇ ਬਾਪੂ ਨੂੰ ਕਹਾਣੀ ਸੁਣਾਈ ਅੱਛਾ ਜੀ ਤੁਸੀਂ ਵੀ ਇਹ ਮੇਰੀ ਗੱਲ ਮੰਨ ਲਈ ਤਾਂ ਸਾਰੇ ਮੰਨਦੇ ਨੇ ਵੀ ਯਾਰ ਇਹਦੇ 'ਚ ਕੋਈ ਅਸ਼ਲੀਲ ਗੱਲ ਨਹੀਂ ਹੈ ਤੇ ਮੈਨੂੰ ਵੀ ਲੱਗਦਾ ਸੀ ਉਦੋਂ ਪਹਿਲਾਂ ਵੀ ਹੈ ਹੀ ਨਹੀਂ ਅੱਛਾ ਜੀ ਤੇ ਕਹਾਣੀ ਮੈਂ ਛਪਣ ਤੋਂ ਬਾਅਦ ਸੁਣਾਈ ਅੱਛਾ ਤੇ ਉਹਦੇ 'ਚ ਨਾ ਇੱਕ ਸੀਨ ਹੈ ਬਈ ਉਹ ਕੁੜੀ ਹੈ ਜਿਹੜੀ ਖੁਸ਼ਵਿੰਦਰ ਉਹ ਮਤਲਬ ਆਉਂਦੀ ਹੈ ਹਸਪਤਾਲ 'ਚ ਹਾਂਜੀ ਸੱਤੇ ਨੂੰ ਮਿਲਣ ਉਹ ਪਿਆ ਅੱਖਾਂ ਵਿੱਚ ਹੀ ਅਤੇ ਉਹਦੀ ਸਹੇਲੀ ਲੈ ਕੇ ਆਈ ਹੈ ਨੌਨ ਵੈਜ ਬਣਾ ਕੇ ਉਹ ਪਹਿਲਾਂ ਆ ਗਈ ਸਹੇਲੀ ਉਹਦੀ ਅਤੇ ਉਹ ਅੱਖਾਂ ਵਿੱਚ ਹੀ ਪਿਆ ਰਿਹਾ ਉਹਨੂੰ ਕੋਈ ਪਤਾ ਹੀ ਲੱਗਿਆ ਵੀ ਉਹਦੇ ਕੋਈ ਆ ਗਿਆ ਲੇਕਿਨ ਜਿਉਂ ਹੀ ਖੁਸ਼ ਆਈ ਉਹਨੇ ਅੱਖਾਂ ਖੋਲ ਲਈਆਂ ਅਤੇ ਉਦੋਂ ਬਾਅਦ ਉਹ ਡਾਇਲੋਗ ਹੈ ਜਿਹੜਾ ਉਹਦੀ ਸਹੇਲੀ ਬੋਲਦੀ ਹੈ ਖੁਸ਼ ਦੀ ਵੀ ਤੇਰੇ ਮੀਏ ਨੂੰ ਤਾਂ ਤੇਰੀ ਖੁਸ਼ਬੋ ਆਉਂਦੀ ਹੈ ਤੇਰੇ ਮੂੰਹ ਤਾਂ ਮੀਏ ਨੂੰ ਤਾਂ ਜਿਵੇਂ ਤੇਰੀ ਖੁਸ਼ਬੋ ਆਈ ਹੈ ਖੁਸ਼ਬੋ ਜਿਸਮ ਦੀ ਹੈ ਜਦੋਂ ਮੈਂ ਲਿਖਿਆ ਉਦੋਂ ਨਹੀਂ ਸੀ ਮੈਨੂੰ ਇਹ ਗੱਲ ਦਾ ਕਿਉਂਕਿ ਮੈਂ ਤਾਂ ਉਹਨਾਂ ਦੀ ਇਹ ਦਿਖਾਉਣਾ ਸੀ ਕਿ ਭਾਈ ਵੀ ਇਹ ਹੁਣ ਇੱਕ ਦੂਜੇ ਨੂੰ ਇੰਨਾ ਜਾਣਦੇ ਨੇ ਬਿਲਕੁਲ ਨਹੀਂ ਉਹ ਖਾਂਦਾ ਨੌਨ ਵੈਜ ਅਤੇ ਉਹ ਕਹਿੰਦਾ ਵੀ ਅੱਜ ਤਾਂ ਨਹੀਂ ਬਣਾਇਆ ਬਿਲਕੁਲ ਹੈ ਨਾ ਅਤੇ ਉਹ ਮੇਰਾ ਤਾਂ ਸਿੰਪਲ ਇਵੇਂ ਹੀ ਕਰਦਾ ਹੁੰਦਾ ਨਾ ਇੱਕ ਮਤਲਬ ਇਹ ਤਾਂ ਟੂਲਸ ਨੇ ਤੁਸੀਂ ਇਹ ਦੱਸਣਾ ਉਹਨਾਂ ਨੂੰ ਕਿ ਭਾਈ ਵੀ ਵੀ ਇਹਨਾਂ ਦੀ ਆਹ ਇਹ ਇੱਕ ਦੂਜੇ ਨੂੰ ਇੰਨਾ ਨੇੜੇ ਹੋ ਗਏ ਨੇੜੇ ਹੋ ਗਏ ਅਤੇ ਉਹਨਾਂ ਨੂੰ ਨਹੀਂ ਇਹ ਗੱਲ ਦਾ ਪਤਾ ਮਤਲਬ ਉਹ ਦੋਵੇਂ ਜਣੇ ਨਹੀਂ ਜਾਣਦੇ
ਵੀ ਅਸੀਂ ਇੱਕ ਦੂਜੇ ਦੇ ਇੰਨਾ ਨੇੜੇ ਹੋ ਗਏ ਬਿਲਕੁਲ ਇੱਕ ਪਾਠਕ ਨੂੰ ਦੱਸਣਾ ਕਿਉਂਕਿ ਕਹਾਣੀ 'ਚੋਂ ਤਾਂ ਦਿੰਦਾ ਨਹੀਂ ਕਿਤੇ ਤਾਂ ਮੈਂ ਬਾਪੂ ਮੈਨੂੰ ਕਹਿੰਦਾ ਕਹਿੰਦਾ ਯਾਰ ਇੰਨੀ ਨੰਗੀ ਚਿੱਟੀ ਗੱਲ ਨਹੀਂ ਸੀ ਲਿਖਣੀ ਚਾਹੀਦੀ ਅੱਛਾ ਜਿਹਦੀ ਇੰਨੀ ਪ੍ਰਸ਼ੰਸਾ ਕੀਤੀ ਉਹਨੂੰ ਉਹ ਅਸ਼ਲੀਲ ਲੱਗੀ ਉਹ ਕਹਿੰਦਾ ਯਾਰ ਇਹ ਇੰਨੀ ਨੰਗੀ ਚਿੱਟੀ ਗੱਲ ਨਹੀਂ ਸੀ ਲਿਖਣੀ ਚਾਹੀਦੀ ਚੰਗੀ ਨਹੀਂ ਹੁੰਦੀ ਤਾਂ ਹੁਣ ਉਹਦੇ 'ਚ ਵੀ ਉਹ ਕਿਵੇਂ ਰਹੇ ਮਤਲਬ ਮੈਨੂੰ ਇਹ 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 ਆਮ ਤੌਰ 'ਤੇ ਕਹਿੰਦੇ ਨੇ ਇਹਦੇ ਬਾਰੇ ਮੈਨੂੰ ਕਹਿੰਦੇ ਕਿ ਇਹ ਨਾ ਸਾਹਿਤ ਦੀ ਖੂਬਸੂਰਤੀ ਹੈ ਕਿ ਉਹ ਪਾਠਕ ਨੂੰ ਆਪਣਾ ਇੱਕ ਟੈਕਸਟ ਉਸਾਰਨ ਦੀ ਉਹਦੇ ਨਤੀਜੇ ਕੱਢਣ ਦੀ ਪੂਰੀ ਖੁੱਲ੍ਹ ਦੇਵੇ ਤਾਂ ਇਹ ਜਿਹੜੀਆਂ ਕਹਾਣੀਆਂ ਨੇ ਇਹ ਪਾਠਕ ਨੂੰ ਮਤਲਬ ਉਹ ਕਹਿੰਦਾ ਨਾ ਪੱਤਰ ਸਾਹਿਬ ਦਾ ਸ਼ੇਰ ਹੈ ਇੱਕ ਕਹਿੰਦੇ ਵੀ ਪਾਰਖੂਆਂ ਵੀ ਪਰਖੇ ਜਾਣ ਮੇਰੀ ਗਜ਼ਲ ਨੂੰ ਪਰਖਣ ਲੱਗਿਆ ਉਹ ਪਾਠਕ ਨੇ ਵੀ ਪਰਖੇ ਜਾਣਾ ਹੈ ਇਦੋਂ ਬਾਅਦ ਕਹਾਣੀ ਪੜ੍ਹ ਲਈ ਹੁਣ ਉਹਦਾ ਮਨ ਕੀ ਕਹਿੰਦਾ ਬਿਲਕੁਲ ਮੰਨ ਲਓ ਮੋਹ ਭਾਸ਼ਾ ਹੈ ਕੁਛ ਪਾਠਕ ਕਹਿਣਗੇ ਵੀ ਯਾਰ ਇਹਦੇ 'ਚ ਐਡੀ ਕਿਹੜੀ ਗੱਲ ਹੈ ਮਾਰਤੀ ਹੋ ਗਈ ਗੋਲੀ ਉਹਨਾਂ ਨੇ ਬਾਅਦ 'ਚ ਬਸ ਇੱਥੇ ਤੱਕ ਉਹਨੇ ਤਾਂ ਲਿਖ ਕੇ ਨੇ ਦੱਸ ਦਿੱਤੀ ਅਤੇ ਕੋਈ ਕਹੂਗਾ ਵੀ ਨਹੀਂ ਮਾਰ ਸਕਦਾ ਯਾਰ ਕਿਉਂਕਿ ਲੇਖਕ ਨੇ ਲਿਖਿਆ ਵੀ ਉਹ ਉਹਨਾਂ ਦੇ ਹਥਿਆਰਾਂ ਦੀ ਪਹੁੰਚ ਤੋਂ ਉੱਪਰ ਉੱਠਦਾ 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 ਚਲਿਆ ਗਿਆ ਉਹ ਲੈ ਗਿਆ ਮੋਹਦਾ ਬੰਧਨ ਉਹਨਾਂ ਨੂੰ ਚੱਕ ਕੇ ਉਹਨੂੰ ਕਵਚਾ ਇੱਕ ਵੱਡਾ ਤਾਂ ਉਹ ਹੁਣ ਪਾਠਕ ਆਪਣੀ ਇੱਕ ਕਹਾਣੀ ਸਿਰਜਦਾ ਉਦੋਂ ਬਾਅਦ ਇੱਕ ਉਹਦੇ ਅੰਦਰ ਇੱਕ ਨਵੀਂ ਗੱਲ ਚੱਲਦੀ ਹੈ ਕਿਉਂਕਿ ਇਸ ਵਰਤਾਰੇ ਦਾ ਉਹਨੇ ਇਦੋਂ ਪਹਿਲਾਂ ਫੇਸ ਨਹੀਂ ਕੀਤਾ ਉਹਨੇ ਇਸ ਗੱਲ ਨੂੰ ਮਤਲਬ ਪਾਠਕ ਨੇ ਕਦੇ ਇਸ ਸਿਚੁਏਸ਼ਨ ਨੂੰ ਫੇਸ ਨਹੀਂ ਕੀਤਾ ਵੀ ਮਾਮਾ ਭਾਣ ਜੀ ਹੁਣ ਇਹ ਕੀ ਕਰਨ ਬਿਲਕੁਲ ਹੁਣ ਉਹਨੂੰ ਫੇਸ ਕਰਨਾ ਪੈ ਗਿਆ ਹੁਣ ਇਹ ਇਸ ਵੱਲ ਨੂੰ ਐਡਰੈਸ ਕਰਨਾ ਪਊਗਾ ਪਾਠਕ ਨੂੰ ਕਿਉਂਕਿ ਲੇਖਕ ਤਾਂ ਛੱਡ ਗਿਆ ਬਿਲਕੁਲ ਬਿਲਕੁਲ ਤਾਂ ਮੈਂ ਸਮਝਦਾ ਕਿ ਇਹ ਪਾਠਕ ਨੂੰ ਵੀ ਜਿਹੜੀ ਇਸ ਤਰ੍ਹਾਂ ਦੀ ਕਹਾਣੀ ਹੈ ਨਾ ਉਹ ਜ਼ਿਆਦਾ ਚਿੰਤਨਸ਼ੀਲ ਜ਼ਿਆਦਾ ਸੰਵੇਦਨਸ਼ੀਲ ਅਤੇ ਜ਼ਿਆਦਾ ਜ਼ਿੰਮੇਵਾਰ ਬਣਾਉਂਦੀ ਹੈ ਬਿਲਕੁਲ ਸਹੀ ਹੁਣ ਫੈਸਲਾ ਲਵੇ ਨਾ ਫਿਰ ਵੀ ਵੀ ਮਤਲਬ ਉਹਨਾਂ ਨੂੰ ਉਸ ਤੋਂ ਬਾਅਦ ਵਿਆਹ ਕਰਾਉਣਾ ਚਾਹੀਦਾ ਕਿ ਨਹੀਂ ਹੁਣ ਪਾਠਕ ਸੋਚੇ ਬਿਲਕੁਲ ਪਾਠਕ ਦੇ ਸਾਹਮਣੇ ਮਤਲਬ ਇੱਕ ਹੁਣ ਸਵਾਲ ਆ ਗਿਆ ਹੁਣ ਇਹ ਸਵਾਲ ਮਤਲਬ ਉਹ ਉਹ ਦ੍ਰਿਸ਼ਟੀ ਹੈ ਜਿਹੜੀ ਪੱਥਰ 'ਚੋਂ ਕੀ ਦੇਖਣਾ ਹੈ ਉਹਨੇ ਬਿਲਕੁਲ ਸਹੀ ਹੈ ਨਾ ਇਹਨੇ ਨਿਰਧਾਰਿਤ ਕਰਨਾ ਕਿ ਉਹ ਭਾਈ ਚੀਜ਼ਾਂ ਨੂੰ ਕਿਵੇਂ ਦੇਖਦਾ ਉਹੋ ਜਿਹਾ ਉਹਦਾ ਫੈਸਲਾ ਹੋਊਗਾ ਬਿਲਕੁਲ ਜਿਵੇਂ ਜਿਹੜੀ ਤੁਹਾਡੀ ਡਬੋਲੀਆ ਕਹਾਣੀ ਆ ਤਾਂ ਉਹ ਜਦੋਂ ਤੁਸੀਂ ਲਿਖਦੇ ਹੋ ਤਾਂ ਤੁਹਾਨੂੰ ਪੜ੍ਹਦਿਆਂ ਹੋਇਆ ਮਹਿਸੂਸ ਹੁੰਦਾ ਵੀ ਜਿਵੇਂ ਲੇਖਕ ਵੀ ਡਬੋਲੀਆ ਰਿਹਾ ਹੁੰਦਾ ਉਹ ਇੰਨੀ ਤਫਸੀਲ ਜਾਂ ਇੰਨੇ ਵਿਸਥਾਰ 'ਚ ਤੁਸੀਂ ਕਹਿ ਲਓ ਜਾਂ ਕਹਿ ਲਓ ਵੀ ਛੋਟੀਆਂ ਛੋਟੀਆਂ ਚੀਜ਼ਾਂ ਵੀ ਜਦੋਂ ਬੰਦਾ ਡੁੱਬਦਾ ਕਿਵੇਂ ਉਹਦੇ ਵੇਰਵੇ ਨੇ ਹਾਂ ਇਹ ਗੱਲ ਦਹਾਕੇ ਤੋਂ ਜ਼ਿਆਦਾ ਲੱਗਿਆ ਤੁਹਾਨੂੰ ਉਸ ਕਹਾਣੀ ਇਹ ਗੱਲ ਮੇਰੀਆਂ ਸਾਰੀਆਂ ਕਹਾਣੀਆਂ ਬਾਰੇ ਸਾਰੇ ਪਾਠਕ ਵੀ ਕਹਿੰਦੇ ਨੇ ਅਤੇ ਆਲੋਚਕ ਵੀ ਕਹਿੰਦੇ ਨੇ ਤੁਸੀਂ ਮੋਹ ਭਾਸ਼ ਪੜ੍ਹੇਂਗੇ ਉਹ ਤੁਹਾਨੂੰ ਲੱਗੂਗਾ ਵੀ ਜਿਵੇਂ ਮੈਂ ਕਬੱਡੀ ਖੇਡਦਾ ਰਿਹਾ ਉਹਨੇ ਹੈ ਨਾ ਅਤੇ ਡਬੋਲੀਆ 'ਚ ਤੁਹਾਨੂੰ ਬਿਲਕੁਲ ਇਵੇਂ ਹੀ ਲੱਗੂਗਾ ਅਤੇ ਕਹਾਣੀ ਮੈਨੂੰ ਉਹ ਪੜ੍ਹ ਕੇ ਕਹਿੰਦਾ ਮੇਰੀ ਇੱਕ ਕਹਾਣੀ ਹੈ ਇਹ ਵੀ ਸੱਚ ਹੈ ਉਹਨੂੰ ਮੈਂ ਵੱਡੀ ਕਹਾਣੀ ਮੰਨਦਾ ਆਪਣੀ ਪਰ ਉਹਨੂੰ ਪੰਜਾਬੀ ਸੰਸਾਰ ਨੇ ਗੌਲਿਆ ਹੀ ਨਹੀਂ ਪਤਾ ਨਹੀਂ ਸਮਝ ਨਹੀਂ ਆਈ ਜਾਂ ਕੀ ਗੱਲ ਹੈ ਉਹ ਆਪਣੀ ਕਿਸਮ ਦੀ ਇੱਕ ਹੋਰ ਕਿਸਮ ਦੀ ਕਹਾਣੀ ਹੈ ਅਤੇ ਉਹ ਪੜ੍ਹ ਕੇ ਮੈਨੂੰ ਇੱਕ ਬੰਦਾ ਕਹਿੰਦਾ ਯਾਰ ਤੂੰ ਭੰਗੜੇ ਦਾ ਗੋਚ ਰਿਹਾ ਕਿਉਂਕਿ ਇਹਦਾ ਕਾਰਨ ਹੈ ਕਿ ਮੈਂ ਨਾ ਵੇਰਵਿਆਂ ਤੱਕ ਬਹੁਤ ਡੀਪਲੀ ਜਾਂਦਾ ਮੈਂ ਉੱਥੇ ਗਿਆ ਬੰਦਿਆਂ ਨੂੰ ਇੰਟਰਵਿਊ ਕੀਤਾ ਬੈਠਿਆ ਹਨੌਰੀ ਉਹ ਸਾਰਾ ਕੁਛ ਦੇਖਿਆ ਇਹਦੋਂ ਬਾਅਦ ਤੁਸੀਂ ਫਿਰ ਚੀਜ਼ਾਂ ਜਿਹੜੀਆਂ ਸੁਣਦੇ ਹੋ ਪੁੱਛਦੇ ਹੋ ਇਮੈਜਿਨ ਕਰਦੇ ਹੋ ਕਿ ਦ੍ਰਿਸ਼ ਬਣਾਉਂਦੇ ਹੋ ਹੈ ਨਾ ਉਹ ਕੁਛ ਕੁਦਰਤ ਨੇ ਮਾੜੀ ਮੋਟੀ ਮੈਨੂੰ ਸਮਝ ਮੈਨੂੰ ਲੱਗਦਾ ਵੀ ਦਿੱਤੀ ਹੋਈ ਆ ਉਹ ਵੇਰਵੇ ਸਹੀ ਲੱਗਦੇ ਨੇ ਸਾਰਿਆਂ ਨੂੰ ਇਹ ਜ਼ਰੂਰੀ ਹੋ ਜਾਂਦਾ ਆ ਕਿਉਂਕਿ
ਕਈ ਵਾਰ ਬਹੁਤ ਸਾਰਾ ਆਪਾਂ ਹੋਰ ਵੀ ਲਿਖਿਆ ਪੜ੍ਹਦੇ ਹਾਂ ਵੀ ਕਈ ਵਾਰ ਗੱਲ ਉੱਤੋਂ ਨੰਗਾ ਟਪਾ ਦਿੱਤੀ ਜਾਂਦੀ ਆ ਵੀ ਉਹ ਆਇਆ ਫੜਿਆ ਉਹਨੇ ਜੇ ਡਬੋਲੀ ਦੀ ਆਪਾਂ ਗੱਲ ਕਰੀਏ ਤਾਂ ਮੇਰਾ ਕਿਉਂ ਜ਼ਰੂਰੀ ਮੇਰੀ ਤਾਂ ਮੇਰੀ ਤਾਂ ਰੁਚੀ ਹੋਈ ਇਸ ਗੱਲ 'ਚ ਹੈ ਕਿ ਤੁਸੀਂ ਇੱਕ ਕਹਾਣੀ ਕਹਿਣੀ ਹੈ ਤੁਸੀਂ ਇੱਕ ਗੱਲ ਦੱਸਣੀ ਹੈ ਹੁਣ ਜਦੋਂ ਤੁਸੀਂ ਦੱਸੀ ਹੋਈ ਗੱਲ ਨੂੰ ਇੱਥੇ ਨਿਬੇੜ ਦੇਂਗੇ ਉਹ ਵੀ ਭਾਈ ਉਹ ਬੰਦੇ ਨੇ ਆਰਥਿਕ ਤੌਰ 'ਤੇ ਆਤਮ ਹੱਤਿਆ ਕਰ ਲਈ ਅਤੇ ਮੁੱਕ ਗਈ ਤਾਂ ਮਤਲਬ ਤੁਸੀਂ ਦੱਸਤੀ ਇਹਦੇ ਬਾਰੇ ਨਾ ਸਾਨੂੰ ਇੱਕ ਉਹਨਾਂ ਦਾ ਜੀ ਜਦੋਂ ਮੈਂ ਗਿਆਨੀ ਕੀਤੀ ਉਹ ਮੇਰੇ ਯਾਦ ਹੈ ਉਦੋਂ ਇੱਕ ਲਾਈਨ ਜੀ ਹੁੰਦੀ ਸੀ ਉਹ ਕਹਿੰਦੇ ਵੀ ਇੱਕ ਸੀ ਰਾਜਾ ਇੱਕ ਸੀ ਰਾਣੀ ਦੋ ਜਣੇ ਮਰ ਗਏ ਖਤਮ ਕਹਾਣੀ ਉਹ ਕਹਿੰਦੇ ਵੀ ਜੇ ਤੁਸੀਂ ਇਹਨੂੰ ਐਵੇਂ ਕਹਿੰਦੇ ਹੋ ਕਿ ਇੱਕ ਰਾਜਾ ਸੀ ਇੱਕ ਰਾਣੀ ਸੀ ਰਾਜਾ ਮਰ ਗਿਆ ਜਾਂ ਰਾਣੀ ਮਰ ਗਈ ਅਤੇ ਉਹਦੇ ਦੁੱਖ 'ਚ ਉਹਦੇ ਗਮ 'ਚ ਦੂਜਾ ਜੀ ਮਰ ਗਿਆ ਇਹ ਕਹਾਣੀ ਹੈ ਹੁਣ ਇਹਦਾ ਮਤਲਬ ਹੈ ਕਿ ਗੱਲ ਮੌਤ ਬਾਰੇ ਨਹੀਂ ਕੀਤੀ ਜਾ ਰਹੀ ਉਹ ਦੋ ਮੌਤਾਂ ਬਾਰੇ ਨਹੀਂ ਗੱਲ ਕੀਤੀ ਜਾ ਰਹੀ ਗੱਲ ਉਸ ਗਮ ਬਾਰੇ ਕੀਤੀ ਜਾ ਰਹੀ ਹੈ ਬਿਲਕੁਲ ਉਸ ਦੁੱਖ ਬਾਰੇ ਕੀਤੀ ਜਾ ਰਹੀ ਹੈ ਜਿਹੜਾ ਇੱਕ ਦੇ ਮਰਨ ਤੋਂ ਬਾਅਦ ਦੂਜੇ ਨੂੰ ਹੋਇਆ ਤਾਂ ਉਹ ਫਿਰ ਵੇਰਵਿਆਂ ਦੀ ਮੰਗ ਕਰਦੀ ਹੈ ਗੱਲ ਬਿਲਕੁਲ ਕਿ ਤੁਸੀਂ ਕਹਾਣੀ ਵੇਰਵਿਆਂ ਰਾਹੀਂ ਘਟਨਾਵਾਂ ਰਾਹੀਂ ਕਹਿਣੀ ਹੈ ਬੋਲ ਕੇ ਨਹੀਂ ਕਹਿਣੀ ਬਿਲਕੁਲ ਤੁਹਾਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ ਪੈਣੀ ਵੀ ਉਹ ਗਮ 'ਚ ਮਰ ਗਏ ਤੁਸੀਂ ਰਾਣੀ ਦਾ ਗਮ ਦਿਖਾਉਣਾ ਹੈ ਇਹ ਵੇਰਵੇ ਨੇ ਫਿਰ ਉਹ ਗਮ ਕਿਹੜੀਆਂ ਕਿਹੜੀਆਂ ਗੱਲਾਂ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉਹ ਉਹ ਵੀ ਮੈਂ ਇਹ ਦਿਖਾਉਣਾ ਵੀ ਯਾਰ ਇਹ ਇਹ ਇੱਕ ਦੂਜੇ ਨੂੰ ਇੰਨਾ ਅੰਡਰਸਟੈਂਡ ਕਰਨ ਲੱਗ ਗਏ ਇੰਨਾ ਇੱਕ ਦੂਜੇ ਦੇ ਨੇੜੇ ਹੋ ਗਏ ਇਹ ਕਿ ਇਹਨਾਂ ਨੂੰ ਇੱਕ ਦੂਜੇ ਦੀ ਬੋਡੀ ਸਮੈਲ ਵੀ ਆਉਂਦੀ ਹੈ ਬਿਲਕੁਲ ਠੀਕ ਹੁਣ ਉਹ ਜਿਹੜਾ ਬੋਡੀ ਸਮੈਲ ਹੈ ਉਹ ਵੇਰਵਾ ਪਰ ਉਹ ਉਸ ਘੜੀ ਬਾਰੇ ਨਹੀਂ ਹੈਗੀ ਗੱਲ ਮਤਲਬ ਉਹ ਉਸ ਸਮੇਂ ਬਾਰੇ ਗੱਲ ਨਹੀਂ ਹੈਗੀ ਗੱਲ ਤਾਂ ਉਹਨਾਂ ਦੇ ਲੰਘੇ ਹੋਏ 3 ਸਾਲਾਂ ਦੀ ਆ ਉਹ ਵੇਰਵਿਆਂ 'ਚ ਆਉਣੀ ਹੈ ਨਾ ਜਿਵੇਂ ਮਤਲਬ ਉਹਦੇ 'ਚ ਸੂਰਜ ਦੀ ਕੋਈ ਨਹੀਂ ਹੁੰਦੀ ਚੀਜ਼ ਮੈਂ ਬਾਅਦ 'ਚ ਪੜ੍ਹਿਆ ਨਾ ਤੁਸੀਂ ਕਈ ਵਾਰ ਚੀਜ਼ਾਂ ਲਿਖ ਜਾਂਦੇ ਹੋ ਅਤੇ ਉਨੇ ਸੁਚੇਤ ਨਹੀਂ ਹੁੰਦੇ ਹੈ ਨਾ ਵੀ ਉਹ ਬੈਠਾ ਫਿਲਮ ਫੁਲਮ ਦੇਖਦਾ ਜਾਂ ਕੁਛ ਹੈ ਨਾ ਅਤੇ ਉਹ ਕਰਦੇ ਕੰਮ ਕਰਦੀ ਫਿਰਦੀ ਹੈ ਅਤੇ ਕੰਮ ਕਰਦੀ ਫਿਰਦੀ ਹੈ ਤਾਂ ਉਹਦੇ ਪੈਰਾਂ ਦੀ ਨਾ ਧਮਕ ਆਉਂਦੀ ਹੈ ਉਹ ਜਿਹੜਾ ਧਮਕ ਹੈ ਪੈਰਾਂ ਦੀ ਉਹਨੂੰ ਉਹ ਮਾਲਕਣ ਵਾਂਗ ਸੁਣਦੀ ਹੈ ਵੀ ਇਹ ਘਰ ਦੀ ਮਾਲਕਣ ਹੈ ਮਤਲਬ ਤੁਹਾਡੀ ਐਗਜ਼ਿਸਟੈਂਸ ਹੈ ਨਹੀਂ ਉੱਥੇ ਹੁਣ ਤੁਸੀਂ ਐਗਜ਼ਿਸਟ ਕਰਨਾ ਉੱਥੇ ਉਹ ਇਕੱਲਾ ਇਹ ਨਹੀਂ ਹੈ ਵੀ ਉਹਨੇ ਕੁੜੀ ਦੀ ਮਦਦ ਕਰਨੀ ਹੈ ਉਹ ਤਾਂ ਸਾਨੂੰ ਉੱਪਰੋਂ ਦਿੰਦੀ ਹੈ ਗੱਲ ਅਸਲ 'ਚ ਤਾਂ ਉਹਨੇ ਆਪਣੀ ਹੋਂਦ ਬਣਾਉਣੀ ਹੈ ਉੱਥੇ ਬਿਲਕੁਲ ਉਹ ਮਾਲਕ ਨਾ ਲੱਗੇ ਤੁਸੀਂ ਵੀ ਮਾਲਕ ਹੋ ਇਹਦੇ ਲਈ ਉਹ ਕੰਮ ਕਰਨਾ ਸ਼ੁਰੂ ਕਰਦਾ ਫਿਰ ਉਹਨੂੰ ਲੱਗਦਾ ਵੀ ਜਿਵੇਂ ਹੁਣ ਘਰ ਦਾ ਅੱਧ ਹੋ ਗਿਆ ਹੁੰਦਾ ਹੈ ਨਾ ਅਤੇ ਪੰਜਾਬੀ ਕਹਾਣੀ 'ਚ ਸ਼ਾਇਦ ਪਹਿਲੀ ਵਾਰ ਆਇਆ ਵੀ ਮੁੰਡਾ ਹੈ ਜਿਹੜਾ ਉਹ ਘਰ ਦੇ ਕੰਮ ਕਰਕੇ ਬਰਾਬਰੀ ਹਾਸਲ ਕਰਦਾ ਮਤਲਬ ਸੱਚੀ ਕਿਸੇ ਨੇ ਗੱਲ ਨਹੀਂ ਪੜ੍ਹੀ ਹੈ ਕਿਸੇ ਨੇ ਨਹੀਂ ਕੀਤੀ ਅਤੇ ਮੈਂ ਚਾਹੁੰਦਾ ਸੀ ਵੀ ਕੋਈ ਹੈ ਨਾ ਤੇਰੇ ਪਰ ਚਲੋ ਹੁਣ ਕੁਦਰਤੀ ਮੇਰੇ ਹੁਣ ਖਿਆਲ ਆ ਗਈ ਮੈਂ ਉਹ ਕਰਤੀ ਵੀ ਉਹ ਸ਼ਾਇਦ ਉਵੇਂ ਦੀ ਉਹ ਪਹਿਲੀ ਵਾਰ ਹੈ ਕਿ ਕੁੜੀ ਦੇ ਬਰਾਬਰ ਹੋਣ ਖਾਤਰ ਉਹਨੂੰ ਉਹ ਕੰਮ ਕਰਨਾ ਪੈਂਦਾ ਜਿਹੜਾ ਕੁੜੀ ਕਰਦੀ ਹੈ ਬਿਲਕੁਲ ਘਰ 'ਚ ਹੋਣ ਉੱਥੋਂ ਬਣਦੀ ਹੈ ਅਤੇ ਜੇ ਕਹਾਣੀ ਨੂੰ ਇੱਥੋਂ ਸਮਝਾਂਗੇ ਫਿਰ ਕਿਵੇਂ ਹੋਰ ਚੀਜ਼ਾਂ ਨਿਕਲੇ ਹੋਣ ਮਤਲਬ ਡਾਇਮੈਂਸ਼ਨਸ ਹੁੰਦੀਆਂ ਨੇ ਕਹਾਣੀ ਦੀਆਂ ਕਈ ਵੱਡੀ ਡਾਇਮੈਂਸ਼ਨ ਹੈ ਬਿਲਕੁਲ ਹੋਰ ਬਹੁਤ ਸਾਰੀਆਂ ਨੇ ਸਾਰੀ ਕਹਾਣੀ ਤਾਂ ਸਮਝ ਨਹੀਂ ਹੁੰਦੀ ਹੁੰਦੀ ਤਾਂ ਲੇਖਕ ਨਹੀਂ ਸਮਝ ਹੁੰਦਾ ਉਹਨੂੰ ਪਾਠਕ ਦੱਸਦੇ ਨੇ ਮੈਨੂੰ ਮੇਰੀਆਂ ਕਿੰਨੀਆਂ ਕਹਾਣੀਆਂ ਬਾਰੇ ਲੋਕਾਂ ਨੇ ਦੱਸਿਆ ਵੀ ਆਹ ਬੜੀ ਕਮਾਲ ਕੀਤੀ ਹੈ ਜਾਂ ਆਹ ਤਾਂ ਕੀ ਕੀਤਾ ਮੈਂ ਤਾਂ ਇਹ ਕੀਤਾ ਨਹੀਂ ਸੀ ਪਰ ਹੁਣ ਸਾਹਮਣੇ ਹੋਇਆ ਪਿਆ ਉਹਦੇ ਦੱਸੇ 'ਚ ਸਮਝ ਆਉਂਦੀ ਹੈ
ਬਿਲਕੁਲ ਉਹਨਾਂ ਨੇ ਕੋਈ ਨਹੀਂ ਯਾਰ ਦੂਜੀ ਪੜ੍ਹਤ ਚੋਂ ਕੱਢੂ ਇਹਨੂੰ ਹਾਂ ਜਿਵੇਂ ਮੰਨ ਲਓ ਵੀ ਮੇਰੀ ਕਹਾਣੀ ਹੈ ਮੁਗਲ ਮੇਰੀ ਕਹਾਣੀ ਜਾਂ ਸ਼ਾਇਦ ਇਸ ਵਾਰ ਜਾਂ ਸ਼ਾਇਦ ਇਸ ਵਾਰ ਉਹਦਾ ਪਹਿਲਾ ਨਾਮ ਮੁਗਲ ਸੀ ਅੱਛਾ ਜੀ ਮੈਨੂੰ ਪੰਜਾਬੀ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਕਹਿੰਦਾ ਉਹਦੀ ਕਹਾਣੀ ਪੜ੍ਹੀ ਉੱਥੇ ਅੱਛਾ ਜੀ ਅਤੇ ਉਹ ਮੈਨੂੰ ਛੱਡਣ ਆਇਆ ਬੱਸ ਸਟੈਂਡ 'ਤੇ ਹੁਣ ਤਾਂ ਮੁੰਡਾ ਕਹਾਣੀ ਦਾ ਮਤਲਬ ਆਉਣ ਵਾਲੇ ਸਮੇਂ 'ਚ ਪੰਜਾਬੀ ਦਾ ਐਕਸਪਰਟ ਹੋਊਗਾ ਉਹ ਵੱਡਾ ਆਲੋਚਕ ਹੋਊਗਾ ਪਰਮਜੀਤ ਡਾਕਟਰ ਪਰਮਜੀਤ ਅਤੇ ਉਹ ਹੋਰ ਚੱਲਿਆ ਹੁਣੇ ਮੈਂ ਪੇਪਰ ਪੜ੍ਹਾਇਆ ਕਿਸੇ ਫੰਕਸ਼ਨ ਕਰਾਇਆ ਸੀ ਉਹ ਪੜ੍ਹ ਕੇ ਗਿਆ ਪੇਪਰ ਉਹ ਮੈਨੂੰ ਕਹਿੰਦਾ ਜੀ ਇਹਦਾ ਨਾਂ ਨਹੀਂ ਮੁਗਲ ਚਾਹੀਦਾ ਮੈਂ ਕੀ ਗੱਲ ਕਹਿੰਦਾ ਤੁਸੀਂ ਤਾਂ ਜੱਜਮੈਂਟਲ ਹੋ ਗਏ ਪਹਿਲਾਂ ਹੀ ਤੁਸੀਂ ਤਾਂ ਪਹਿਲਾਂ ਹੀ ਕਹਿਤਾ ਵੀ ਮੈਂ ਮੁਗਲ ਵਿਰੋਧੀ ਹਾਂ ਅਤੇ ਮੁਗਲ ਹੈ ਜੇ ਹੁੰਦੇ ਸੀ ਤਾਂ ਮੁਗਲ ਹੀ ਇਹ ਕੰਮ ਕਰਦੇ ਨੇ ਲੱਗੀ ਹਾਂ ਗੱਲ ਵੀ ਹਾਂ ਯਾਰ ਮੈਂ ਤਾਂ ਇੱਕ ਕਮਿਊਨਿਟੀ ਵਿਸ਼ੇਸ਼ ਦੇ ਖਿਲਾਫ ਹੈ ਨਾ ਜੱਜਮੈਂਟ ਦੇ ਗਿਆ ਬਿਲਕੁਲ ਫਿਰ ਉਹ ਨੋ ਚੇਂਜ ਕੀਤਾ ਉਹਦਾ ਅਤੇ ਜਦੋਂ ਮੈਂ ਜਦੋਂ ਸ਼ੁਰੂ ਕੀਤੀ ਮੈਂ ਮੁਗਲ ਰੱਖ ਕੇ ਹੀ ਸ਼ੁਰੂ ਕੀਤੀ ਸੀ ਅਤੇ ਮੇਰੇ ਉਹ ਗੱਲ ਨਹੀਂ ਸੀ ਖਿਆਲ ਆਈ ਅਤੇ ਮੈਂ ਨਾ ਉੱਥੇ ਪੜ੍ਹਦਾ ਤਾਂ ਇਹ ਆਉਣੀ ਨਹੀਂ ਸੀ ਅਤੇ ਉਹਨੇ ਸਾਰੀ ਮਤਲਬ ਆਪਣੀਆਂ ਤਾਂ ਜ਼ਿੰਦਗੀਆਂ ਥੋੜ੍ਹੀਆਂ ਨੇ ਕਿਤਾਬ ਦੀ ਖਬਰ ਹੈ ਕਿੰਨੀ ਕੁ ਜ਼ਿੰਦਗੀ ਹੈ ਉਹਨੇ ਪਈ ਰਹਿਣਾ ਸੀ ਬਿਲਕੁਲ ਅਤੇ ਮੈਂ ਜਿਹੜਾ ਇੰਨੇ ਦਾਅਵੇ ਕਰਦਾ ਵੀ ਮੈਂ ਬਹੁਤ ਧਰਮ ਨਿਰਪੱਖ ਹਾਂ ਮੈਂ ਇਤਿਹਾਸ ਨੂੰ ਇਹ ਨਜ਼ਰੀਏ ਤੋਂ ਦੇਖਦਾ ਉਹ ਨਜ਼ਰੀਏ ਤੋਂ ਦੇਖਦਾ 38 ਗੱਲਾਂ ਕਰਦੇ ਹਾਂ ਆਪਾਂ ਹੈ ਨਾ ਅਤੇ ਉਹ ਆਖ ਨਹੀਂ ਜਾਂਦਾ ਕਹਾਣੀ ਦਾ ਨਾਂ ਮੁਗਲ ਰੱਖ ਦਿੰਦਾ ਬਿਲਕੁਲ ਅਤੇ ਮਤਲਬ ਉਹ ਫਿਰ ਮੈਂ ਬਦਲਿਆ ਤੁਹਾਨੂੰ ਆਪ ਕਈ ਵਾਰ ਨਹੀਂ ਪਤਾ ਹੁੰਦਾ ਸਾਰੀਆਂ ਚੀਜ਼ਾਂ ਤੁਸੀਂ ਜਿਹੜੀਆਂ ਕਹਿੰਦੇ ਹੋ ਨਾ ਉਹ ਤੁਹਾਨੂੰ ਨਹੀਂ ਸਮਝ ਆਉਂਦੀਆਂ ਹੁੰਦੀਆਂ ਇੱਕ ਗੱਲ ਮੈਨੂੰ ਹੋਰ ਬੜੀ ਦਿਲਚਸਪ ਲੱਗੀ ਜਦੋਂ ਤੁਹਾਡੀ ਕਿਤਾਬ ਇੱਕ ਘਰ ਆਜ਼ਾਦ ਹਿੰਦੀਆਂ ਦਾ ਖੋਲ੍ਹਦੇ ਹਾਂ ਆਪਾਂ ਹਰ ਲੇਖਕ ਦਾ ਸੁਭਾਅ ਹੁੰਦਾ ਵੀ ਹਰ ਕਿਤਾਬ ਨੂੰ ਕਿਸੇ ਨਾ ਕਿਸੇ ਨੂੰ ਸਮਰਪਿਤ ਕਰਦਾ ਹੈ ਤਾਂ ਪਹਿਲੀ ਵਾਰ ਮੈਂ ਅਕਸਰ ਆਪਾਂ ਸੋਚ ਮਤਲਬ ਪੜ੍ਹ ਹੀ ਲੈਂਦੇ ਹਾਂ ਵੀ ਇਹ ਕਿਤਾਬ ਮੇਰੀ ਧਰਮ ਪਤਨੀ ਨੂੰ ਸਮਰਪਿਤ ਹੈ ਤਾਂ ਤੁਸੀਂ ਇੱਥੇ ਲਿਖਿਆ ਹੋਇਆ ਸੀਗਾ ਵੀ ਇਹ ਕਿਤਾਬ ਮੇਰੀ ਧਰਮ ਪਤਨੀ ਅਤੇ ਮੇਰੀ ਛੋਟੀ ਭਰਜਾਈ ਫਲਾਣੀ ਕੌਰ ਨੂੰ ਸਮਰਪਿਤ ਹੈ ਜਿਹੜੀਆਂ ਕਿ ਕਈ ਵਾਰ ਖਿਜਾ ਦੇਣ ਦੀ ਹੱਦ ਤੱਕ ਚੰਗੀਆਂ ਹੁੰਦੀਆਂ ਨੇ ਇਹ ਬੜਾ ਸੋਹਣਾ ਲੱਗਿਆ ਮੈਨੂੰ ਉਹ ਤਾਂ ਮੈਂ ਤੁਹਾਨੂੰ ਦੱਸਿਆ ਹੀ ਸੀ ਵੀ ਸਾਡੇ ਘਰ ਦੀ ਮਾਲਕਣ ਆ ਉਹਦੇ ਕਰਕੇ ਘਰ ਚੱਲਦਾ ਹੈ ਨਾ ਅਤੇ ਤੁਹਾਨੂੰ ਮਤਲਬ ਔਖਾ ਲੱਗਦਾ ਫਿਰ ਉਹ ਤੁਸੀਂ ਉਹ ਉਹੋ ਹੀ ਗੱਲ ਹੈ ਨਾ ਕਿ ਉਹ ਧਮਕ ਪੈਂਦੀ ਹੈ ਤੁਹਾਡੇ ਅੰਦਰ ਅਤੇ ਉਹੋ ਜਿਹੇ ਹੋ ਨਹੀਂ ਤੁਸੀਂ ਬਿਲਕੁਲ ਉਹ ਤੁਹਾਨੂੰ ਹੈਰਾਨ ਕਰ ਪਾਉਂਦੀਆਂ ਨੇ ਅਤੇ ਤੁਹਾਨੂੰ ਉਹਨੇ ਸਮਝ ਹੈਰਾਨ ਕਰ ਦਿੰਦੀ ਹੈ ਜਿਹਨੂੰ ਤੁਸੀਂ ਅਨਪੜ੍ਹ ਕਿਹਾ ਹੋਇਆ ਦੋ ਘੱਟ ਪੜ੍ਹੀਆਂ ਨਵੀਆਂ ਨੇ ਅਤੇ ਕਿਉਂਕਿ ਮੈਂ ਖੇਤੀ ਮੈਂ ਕਈ ਵਾਰ ਮਤਲਬ ਬਹੁਤ ਇਨਸਾਫ ਪਸੰਦ ਆਪਣੇ ਆਪ ਨੂੰ ਮੰਨਦਾ ਹਾਂ ਵੀ ਜਦੋਂ ਮੇਰਾ ਵਿਆਹ ਹੋਇਆ ਤਾਂ ਮੈਨੂੰ ਜਦੋਂ ਹੈ ਨਾ ਰਿਸ਼ਤੇ ਆਉਣ ਲੱਗੇ ਤਾਂ ਮੈਨੂੰ ਵਿਦੇਸ਼ 'ਚੋਂ ਰਿਸ਼ਤੇ ਆਏ ਮੇਰੀ ਬਲਕਿ ਇੱਕ ਭਾਬੀ ਤੋਂ ਮੇਰੇ ਨਾਲ ਬਹੁਤ ਲੰਮਾ ਸਮਾਂ ਗੁੱਸੇ ਰਹੀ ਅੱਛਾ ਉਹ ਫਿਰ ਉਦੋਂ ਖੁਸ਼ ਹੋਈ ਜਦੋਂ ਉਹਦੀ ਭਤੀਜੀ ਨਾਲ ਵਿਆਹ ਕਰਾਇਆ ਮੈਂ ਅੱਛਾ ਚਲ ਮੈਨੂੰ ਇਹਦਾ ਰਿਸ਼ਤਾ ਕਰਾ ਦੇ ਮੈਂ ਠੀਕ ਹੈ ਅਤੇ ਐਂ ਪ੍ਰੋਫੈਸਰ ਲੱਗੀ ਕੁੜੀ ਦਾ ਰਿਸ਼ਤਾ ਮੈਂ ਮੁੜਿਆ ਮੇਰਾ ਜੀਜਾ ਗੁੱਸੇ ਹੋਇਆ ਮੇਰੇ ਨਾਲ ਇੱਕ ਅੱਛਾ ਜੀ ਅਤੇ ਮਤਲਬ ਕਿ ਇੰਟਰਸਟਿੰਗ ਹੋਈ ਉਹ ਕੁੜੀ ਨਾਲ ਵੀ ਮੇਰਾ ਇੱਕ ਵਾਰੀ ਸਾਹਮਣਾ ਹੋਇਆ ਅਤੇ ਮੇਰੇ ਨਾਲ ਲੜੀ ਕਹਿੰਦਾ ਮੈਨੂੰ ਜਵਾਬ ਦੇ ਦਿਓ ਅੱਛਾ ਜੀ ਮੈਂ ਤੂੰ ਸ਼ੁਕਰ ਕਰ ਮੈਂ ਤੇਰਾ ਭਲਾ ਕੀਤਾ ਇੰਨਾ ਚੰਗਾ ਬੰਦਾ ਨਹੀਂ ਹੈਗਾ ਤੂੰ ਬਚ ਗਈ ਅਤੇ ਕਿਉਂਕਿ ਕਿਉਂਕਿ ਮੈਂ ਖੇਤੀ ਦਾ ਫੈਸਲਾ ਕਰ ਲਿਆ ਮੈਂ ਖੇਤੀ ਕਰਨੀ ਹੈ ਅਤੇ ਹੁਣ ਜਿਹੜੀਆਂ ਕੁੜੀਆਂ ਪੜ੍ਹਦੀਆਂ ਨੇ ਉਹਨਾਂ ਦੀਆਂ ਐਸਪੀਰੇਸ਼ਨਸ ਨੇ ਬਿਲਕੁਲ ਸਹੀ ਗੱਲ ਹੈ ਤੁਹਾਡੀ ਅਤੇ ਬੜੀ ਇੰਟਰਸਟਿੰਗ ਗੱਲ ਇਹ ਹੋਈ ਵੀ ਜਦੋਂ ਮੈਂ ਆਪਣੇ ਬਾਪ ਫਾਦਰ ਨੂੰ ਦੱਸਿਆ ਨਾ ਮੈਨੂੰ ਉਹ ਜਿਹੜੀ ਮੈਂ ਗੱਲ ਕਰਦਾ ਵੀ ਵੀ ਜੋਬ ਮੈਂ ਕਰ ਲਿਆ ਫੈਸਲਾ ਜਦੋਂ ਮੈਂ BA ਫਾਈਨਲ 'ਚ ਸੀ ਉਦੋਂ ਮੇਰੇ ਇੱਕ ਮਿੱਤਰ ਦਾ ਭਰਾ ਸੀਗਾ ਇੰਸਪੈਕਟਰ ਐਕਸਾਈਜ਼ ਇੰਸਪੈਕਟਰ ਸੀ ਸ਼ਾਇਦ ਉਹ ਆਇਆ ਇੱਥੇ ਮੇਰੇ ਬਾਪੂ ਕੋਲ ਬੈਠਿਆ ਕਿਤੇ ਅਤੇ ਬਾਪੂ ਨੂੰ ਕਹਿੰਦਾ ਵੀ
ਉਹ ਮੈਨੂੰ ਕਹਿੰਦਾ ਵੀ ਤੂੰ ਇਦੋਂ ਵੱਧ ਕੀ ਕਰਨਾ। ਅੱਛਾ ਜੀ। ਤੂੰ ਆਪਣੇ ਤੇਰੀ ਬੀ ਏ ਕਿੰਨੀ ਕੁ ਰਹੇਗੀ ਅਤੇ ਆਪਾਂ ਲਿਆ ਤੈਨੂੰ ਮਿਊਂਸੀਪਲ ਕਾਰਪੋਰੇਸ਼ਨ 'ਚ ਕਿਤੇ ਮੈਂ ਜੋਬ ਦਵਾਉਣਾ। ਅੱਛਾ। ਬਾਪੂ ਵੀ ਕੋਲ ਬੈਠਾ ਸੀ ਅਤੇ ਮੈਂ ਉਹਨੂੰ ਕਿਹਾ ਵੀ ਵੀ ਵੀਰ ਮੈਂ ਤਾਂ ਖੇਤੀ ਕਰਨੀ ਹੈ, ਮੈਂ ਨੌਕਰੀ ਨਹੀਂ ਕਰਨੀ। ਅੱਛਾ ਜੀ। ਚਲੋ ਉਹਨੇ ਵੀ ਕੀ ਕਹਿਣਾ ਸੀ ਅਤੇ ਬਾਪੂ ਨੇ ਵੀ ਉਦੋਂ ਖਾਸੇ ਦਿਨਾਂ ਬਾਅਦ ਮੇਰੇ ਤੋਂ ਪੁੱਛਿਆ, ਉਹ ਕਹਿੰਦਾ ਵੀ ਤੈਂ ਉਦੋਂ ਤੂੰ ਉਹਨੂੰ ਕਹਿੰਦਾ ਤੀ ਵੀ ਨੌਕਰੀ ਨਹੀਂ ਕਰਨੀ, ਫਿਰ ਹੋਰ ਤੈਂ ਕੀ ਕਰਨਾ। ਮੈਂ ਕਿਹਾ ਵੀ ਮੈਂ ਖੇਤੀ ਕਰਨੀ ਹੈ। ਬਾਪੂ ਕਹਿੰਦਾ ਵੀ ਦੇਖ ਲੈ, ਫਿਰ ਵਿਆਹ ਕਰਾਉਣਾ ਪਊਗਾ। ਅਤੇ ਫਿਰ ਮੇਰੇ ਪਹਿਲੇ ਮਤਲਬ ਲੱਛਣਾਂ 'ਚੋਂ ਇਹ ਸੀਗਾ ਵੀ ਵਿਆਹ ਨਹੀਂ ਕਰਵਾਉਣਾ। ਮੇਰੇ ਛੋਟੇ ਭਰਾ ਦਾ ਵਿਆਹ ਪਹਿਲਾਂ ਕਰਿਆ ਸੀ, ਕਹਿੰਦੀ ਇਹ ਮੇਰਾ ਭਤੀਜਾ ਮੇਰੀ ਜੰਨ ਚੜਿਆ 4 ਸਾਲ ਦਾ ਸੀ, ਅਤੇ ਅਸੀਂ 3 ਜਣੇ ਜੰਨ ਗਏ ਸੀ, ਮੈਂ ਮੇਰਾ ਬਾਪੂ ਅਤੇ ਬਹੁਤ ਸਾਡਾ ਹੀ ਵਿਆਹ ਕਰਿਆ ਸੀ। ਤਾਂ ਉਹ ਮੈਨੂੰ ਕਹਿੰਦਾ ਵੀ ਫਿਰ ਵਿਆਹ ਕਰਾਉਣਾ ਪਊ। ਚਲ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਉਹਦੇ ਨਾਲ ਬਾਪੂ ਨਾਲ ਵੀ ਮੇਰਾ ਬਹੁਤ ਸਾਡੀ ਆਡੀਓ ਰਹੀ ਨਾ ਸਾਰਿਆਂ ਦੀ, ਕਿਉਂਕਿ ਜਦੋਂ ਤੁਸੀਂ ਇਕੱਠੇ ਕੰਮ ਕਰਦੇ ਹੋ ਅਤੇ ਜੇ ਤੁਹਾਡੇ 'ਚੋਂ ਈਰਖਾ ਨਹੀਂ ਪੈਦਾ ਹੁੰਦੀ ਹੈ ਨਾ, ਫਿਰ ਤੁਹਾਡੇ ਸੰਬੰਧ ਬੜੇ ਮਾ ਕੂਲੇ ਆਪਣਾ ਤਾਂ ਭਰੇ ਹੁੰਦੇ ਨੇ, ਹੈ ਨਾ। ਅਤੇ ਮੈਂ ਸੱਚੀ ਉਹ ਕਦੇ ਐਂ ਵੀ ਬਿਨਾਂ ਕਿਸੇ ਦੇ ਸਾਹਮਣੇ ਆਏ ਬਾਪੂ ਨੂੰ ਬਾਪੂ ਨਹੀਂ ਸੀਗਾ, ਹਾਕ ਮਾਰਨ ਵੇਲੇ ਭਾਵੇਂ ਕਹਿ ਦੇਵਾਂ ਵੀ ਚਲੋ ਉਹ ਵੀ ਜਿਹਨੂੰ ਕਹਿੰਦੇ ਵੀ ਮੂੰਹ 'ਚੋਂ ਨਿਕਲ ਜਾਵੇ, ਨਹੀਂ ਉਹਨੂੰ ਆਮ ਤੌਰ 'ਤੇ ਵੀ ਉਹ ਛੱਡ ਦਿੰਦਾ ਯਾਰ, ਕਈ ਵਾਰ ਉਹਦਾ ਕੋਈ ਹੋਰ ਨਾ ਉਹ ਰੱਖ ਲੈਣਾ ਵੀ ਗਾ ਟੇਢਾ ਮਾਂ ਸਿਉਂ ਕਹਿਣ ਲੱਗ ਗਏ, ਕਿਹਾ ਉਹਨੂੰ ਅਸੀਂ ਲੰਮਾ ਸਮਾਂ ਮਾਂ ਸਿਉਂ ਕਹੀ ਗਏ, ਹੈ ਨਾ। ਉਹ ਇਸ ਲਈ ਕਹੀ ਗਏ ਕਿ ਮੇਰੀ ਪਹਿਲੀ ਕਹਾਣੀ ਦਾ ਜਿਹੜਾ ਨਾਇਕ ਸੀ ਉਹਦਾ ਨਾਮ ਮੈਂ ਮਹਾਂ ਸਿੰਘ ਰੱਖਿਆ ਸੀ, ਉਹ ਬਾਪੂ ਦਾ ਹੀ ਤਸੱਵਰ ਸੀ। ਅਤੇ ਮੈਂ ਉਹਨੂੰ ਕਿਹਾ ਵੀ ਇਹ ਕਿੱਥੇ ਬੁੜੀ ਦਾ ਮਰਨਾ, ਕਿੱਥੇ ਹਲ ਉੱਕੜੂੰ, ਮੈਂ ਖੇਤੀ ਕਰਨੀ ਆ, ਤੂੰ ਕਹਿੰਦਾ ਵਿਆਹ। ਕਹਿੰਦਾ ਵੀ ਨਹੀਂ, ਜਿਹਨੇ ਖੇਤੀ ਕਰਨੀ ਆ ਨਾ ਉਹਦੇ ਘਰ ਰੋਟੀ ਪਕਾਉਣ ਵਾਲੀ ਚਾਹੀਦੀ ਆ, ਖੇਤ ਲੈ ਕੇ ਜਾਣ ਵਾਲੇ ਜੋ ਅੱਖ ਚਾਹੀਦੇ ਨੇ, ਇਹ ਫੈਸਲਾ ਕਰ ਲੈ ਆਪਣਾ। ਮੈਂ ਕਹਿੰਦਾ ਕੋਈ ਨਹੀਂ, ਕਾਹਲੀ ਨਹੀਂ, ਤੂੰ ਸੋਚ ਲੈ ਹਲੇ, ਮੈਂ ਵਿਆਹ ਕਰਾ ਲੂੰਗਾ, ਮੈਂ ਕਰੂੰਗਾ ਖੇਤੀ। ਅਤੇ ਇਹ ਹੁਣ ਕਿੱਡੀ ਸਿਆਣਪ ਵਾਲੀ ਹੈ ਨਾ ਗੱਲ ਉਹਨੇ ਕੀਤੀ, ਤੁਸੀਂ ਇਹ ਸੋਚ ਹੀ ਨਹੀਂ ਸਕਦੇ, ਹੈ ਨਾ। ਅਤੇ ਉਹ ਸਿਆਣਪ ਤੁਹਾਨੂੰ ਅਚੰਬਿਤ ਕਰ ਦਿੰਦੀ ਹੈ, ਬਿਲਕੁਲ ਇਵੇਂ ਹੀ ਹੈ ਨਾ। ਅਤੇ ਬਹੁਤ ਸਾਰੀਆਂ ਗੱਲਾਂ ਮੈਨੂੰ ਤਾਂ ਬਹੁਤ ਹੈਰਾਨ ਕਰ ਦਿੰਦੀਆਂ, ਇਹ ਕਿਵੇਂ ਇੱਕ ਦੂਜੇ ਨਾਲ ਰਹਿੰਦੀਆਂ ਨੇ। ਅਤੇ ਇੱਕ ਦੂਜੇ ਦਾ ਦੁੱਖ ਸੁੱਖ ਮਹਿਸੂਸ ਕਰਨੀ ਆ। ਤੁਸੀਂ ਕਿੱਥੋਂ ਤੱਕ ਪੜ੍ਹੇ? ਪੜ੍ਹੇ ਤਾਂ ਮੈਂ ਬਥੇਰਾ ਹੋਇਆ, ਚਲੋ ਆਪਾਂ, ਕਿਉਂਕਿ ਦੇਖਣ ਵਾਲਿਆਂ ਦੇ ਮਨ 'ਚ ਸਵਾਲ ਜ਼ਰੂਰ ਆਇਆ ਹੋਣਾ। ਪੜ੍ਹਿਆ ਹੋਇਆ ਤਾਂ ਚਲੋ ਮੈਂ ਇਹ ਕਹਿਣਾ ਵੀ ਮੈਂ ਤੁਹਾਨੂੰ ਬਾਅਦ 'ਚ ਆਪਣੀ ਲਾਇਬ੍ਰੇਰੀ ਦਿਖਾਊਂਗਾ, ਪੜ੍ਹਿਆ ਤਾਂ ਮੈਂ ਆਪਣੇ ਆਪ ਨੂੰ ਉਹ ਕਹਿਣਾ ਹੈ ਨਾ, ਉਹ ਮੈਂ ਐਮਏ ਕੀਤੀ ਹੋਈ ਹੈ, ਠੀਕ ਹੈ ਜੀ, ਐਮਏ ਇਕਨੋਮਿਕਸ ਕੀਤੀ ਹੋਈ ਹੈ, ਚਲ ਛੱਡੋ ਮੈਂ ਉਸਦੀ ਕੀਤੀ, ਹੈ ਨਾ, ਬੀ ਐਡ ਕੀਤੀ ਹੋਈ ਹੈ, ਗਿਆਨੀ ਕੀਤੀ ਹੋਈ ਹੈ, ਅੱਛਾ ਜੀ, ਸਾਇੰਸ ਪੜ੍ਹਿਆ ਮੈਂ 12ਵੀਂ ਤੱਕ, ਅੱਛਾ ਜੀ, 12ਵੀਂ 'ਚ ਜਾ ਕੇ ਤਾਂ ਮੈਨੂੰ ਕਿਸੇ ਪ੍ਰੋਫੈਸਰ ਦੇ ਕਹੇ 'ਤੇ ਅਕਲ ਆਈ ਹੈ ਵੀ ਤਾਂ ਨੌਕਰੀ ਨਹੀਂ ਕਰਨੀ, ਤੂੰ ਸਾਇੰਸ ਕਾਹਨੂੰ ਪੜ੍ਹੀ ਜਾਂਦਾ, ਤੂੰ ਆਰਟਸ ਪੜ੍ਹ, ਆਰਟਸ 'ਚ ਫਿਰ ਜਾ ਕੇ ਅਕਲ ਨਹੀਂ ਆਈ, ਫਿਰ ਪੋਲੀਟੀਕਲ ਸਾਇੰਸ ਸਰ ਇਕਨੋਮਿਕਸ ਲਈ, ਆਪਣਾ ਸਬਜੈਕਟ ਵੀ ਨਹੀਂ ਲਿਆ ਲੈਣੀ ਤਾਂ ਹਿਸਟਰੀ ਅਤੇ ਲਿਟਰੇਚਰ ਚਾਹੀਦਾ ਸੀ, ਪਰ ਬਲਵਿੰਦਰ ਸਿੰਘ ਕਿਉਂਕਿ ਇੰਟੈਲੀਜੈਂਟ ਬੰਦਾ, ਉਹ ਮੈਨੂੰ ਪਹਿਲੇ ਹੀ ਫੂਕ ਬਹੁਤ ਸ਼ਿਕਾਈ ਹੋਈ ਤੀ ਲੋਕਾਂ ਨੇ, ਫਿਰ ਉਹ ਪੰਗਾ ਲਿਆ ਨਹੀਂ, ਸ਼ਾਇਦ ਮੈਂ ਥੋੜ੍ਹਾ ਜਿਹਾ ਸਿਆਣਾ ਵੀ ਹੁੰਦਾ ਜੇ ਉਹ ਪਹਿਲਾਂ ਪੜ੍ਹੇ ਹੁੰਦੇ। ਜਿਹੜੇ ਆਪਣੀ ਇੱਥੋਂ ਤੱਕ ਦੀ ਗੱਲਬਾਤ ਸੁਣਨਗੇ ਉਹ ਇਸ ਤੋਂ ਅਗਲੀ ਗੱਲ ਦਾ ਵੀ ਆਨੰਦ ਲੈਣਗੇ। ਜਦੋਂ ਆਪਾਂ ਤੁਹਾਡੇ ਘਰ ਆ ਕੇ ਬੈਠੇ, ਮੈਂ ਕਿਹਾ ਵੀ ਤੁਹਾਡਾ ਘਰ ਬੜਾ ਸੋਹਣਾ, ਬੜੇ ਬੂਟੇ ਲੱਗੇ ਹੋਏ ਨੇਗੇ, ਤੁਸੀਂ ਗੱਲ ਕਹੀ ਕਿ ਇਹ ਬੂਟੇ ਜਿਵੇਂ ਉੱਗੇ ਨੇ ਇਹ ਉਵੇਂ ਹੀ ਨੇ, ਇਹਨਾਂ ਨੂੰ ਅਸੀਂ ਆਕਾਰ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਬਹੁਤ ਖੂਬਸੂਰਤ ਗੱਲ ਸੀ, ਮੈਂ ਚਾਹੁੰਦੀ ਹਾਂ ਵੀ ਮੇਰੇ ਤੱਕ ਨਾਮ ਹੈ ਦੂਧ ਰਹਿ ਕੇ ਉਹ ਸਾਰਿਆਂ ਤੱਕ ਜਾਵੇ। ਹਾਂ, ਅਤੇ ਇਹ ਨਾ ਮੈਂ ਜੇ ਤੁਹਾਨੂੰ ਦੱਸਾਂ ਕਿ ਕੋਈ ਵੀ ਵਿਚਾਰ ਤੁਹਾਡੇ ਗੁਰਬਾਣੀ 'ਚ ਨਾ ਇੱਕ ਲਾਈਨ ਹੈ ਬਹੁਤ ਸੋਹਣੀ, ਕਹਿੰਦਾ ਵੀ ਸੱਚੋਂ ਉਹ ਰਹਿ ਸਭ ਕੋ ਉੱਪਰ ਸੱਚ ਆਚਾਰ, ਸੱਚ ਬੜੀ ਚੀਜ਼ ਹੈ ਦੁਨੀਆ ਦੀ, ਬਾਬਾ ਨਾਨਕ ਕਹਿੰਦਾ, ਪਰ ਉਹ ਸੱਚ ਦੇ ਮਾਨੇ ਅਤੇ ਤਾਂ ਨੇ ਜੇ ਉਹ ਤੁਹਾਡੇ ਚਰਿੱਤਰ ਦਾ ਹਿੱਸਾ ਹੈ, ਜੇ ਇਹ ਗੱਲ ਤੁਹਾਡੇ ਚਰਿੱਤਰ 'ਚ ਨਹੀਂ ਹੈਗੀ ਤਾਂ ਤੁਸੀਂ ਕਹਿੰਦੇ ਹੀ ਹੋ, ਫਿਰ ਇਹ ਕੋਈ ਮਾਨੇ ਨਹੀਂ ਰੱਖਦੀ।
ਬਿਲਕੁਲ। ਤਾਂ ਹੁਣ ਜਦੋਂ ਮੈਂ ਇਹ ਕਹਿਣਾ ਤਾਂ ਮੇਰੇ ਹੁਣੇ ਤੁਹਾਡੇ ਸਵਾਲ ਤੋਂ ਇਹ ਗੱਲ ਖਿਆਲ ਆਈ ਵੀ ਜਦੋਂ ਮੈਂ ਘੜਨ ਦੀ ਗੱਲ ਕਰਦਾ ਵੀ ਮੈਂ ਇਹਨਾਂ ਨੂੰ ਸੱਚੀ ਕੋਈ ਸ਼ੇਪ ਨਹੀਂ ਦੇਣ ਦੀ ਕੋਸ਼ਿਸ਼ ਕੀਤੀ ਅਤੇ ਤੁਸੀਂ ਹੈਰਾਨ ਹੋਏਗੇ ਉਹ ਵੀ ਮੈਂ ਆਪਣੇ ਬੱਚਿਆਂ ਨੂੰ ਵੀ ਕੋਈ ਸ਼ੇਪ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਬਹੁਤ ਇੰਟੈਲੀਜੈਂਟ ਬੇਟੀ ਹੈ ਮੇਰੀ, ਪ੍ਰੋਫੈਸਰ ਹੀ ਹੈ ਇੱਥੇ ਅਤੇ ਉਹ ਜਣੀ ਇੰਨੀ ਇੰਟੈਲੀਜੈਂਟ ਅਤੇ ਇੰਨੀ ਤਿੱਖੀ ਆ ਪੜ੍ਹਨ ਨੂੰ ਵੀ ਮੈਨੂੰ ਐਨ ਇਸ ਗੱਲ ਦਾ ਯਕੀਨ ਹੈ ਵੀ ਉਹਨੇ ਇੱਕ ਮਤਲਬ ਸਿਰਫ ਪੇਪਰ ਦੇਣਾ ਸੀ ਆਈ ਐੱਸ ਦਾ। ਮੈਂ ਉਹਨੂੰ ਜਦੋਂ ਇਹ ਗੱਲ ਕਹੀ ਉਹ ਕਹਿੰਦੀ ਵੀ ਡੈਡੀ ਨਹੀਂ ਮੈਂ ਤਾਂ ਟੀਚਰੇ ਬਣਨਾ ਅਤੇ ਮੈਂ ਇਸੇ ਲਈ ਪੇਪਰ ਨਹੀਂ ਦਿੰਦੀ ਵੀ ਮੈਂ ਇਹ ਕਿਤੇ ਪਾਸੇ ਨਾ ਹੋ ਜਾਵਾਂ ਇਹ ਨਿਕਲ ਜਾਣਾ ਪਰ ਮੈਂ ਉਹ ਬਣਨਾ ਨਹੀਂ, ਮੇਰਾ ਧਿਆਨ ਇੱਧਰ ਹੈ। ਅਤੇ ਦੂਜਾ ਇਹ ਮੇਰੇ ਸਮਝ ਆਉਂਦਾ ਥੋੜ੍ਹੀ ਮਿਹਨਤ ਕਰਨੀ ਪੈਂਦੀ ਹੈ, ਉਹ ਮੈਨੂੰ ਪੜ੍ਹਨਾ ਪੁੜ੍ਹਨਾ ਪਊਗਾ, ਮਿਹਨਤ ਕਰਨੀ ਪਊਗੀ ਛੱਡ ਮੇਰੇ ਹੈ ਨਾ। ਅਤੇ ਹੁਣ ਉਹ ਕੈਨੇਡਾ 'ਚ ਅਕੈਡਮੀ ਚਲਾਉਂਦੀ ਹੈ, ਕੈਨੇਡਾ 'ਚ ਉਹਨੇ ਜਾਂਦੀ ਸਾਰੀ ਪਹਿਲਾਂ ਕੰਮ ਇਹ ਕਰਿਆ ਕਿ ਬੱਚੇ ਲੈ ਕੇ ਪੜ੍ਹਾਉਣੇ ਸ਼ੁਰੂ ਕੀਤੇ PR ਲਈ ਅਤੇ ਜਦੋਂ ਉਹਨੂੰ ਛੇ ਮਤਲਬ 20 ਦਿਨ ਦੇਖਿਆ ਵੀ ਜੋਬ ਨਹੀਂ ਮਿਲੀ ਅਤੇ ਉਹਨੇ ਆਪਣੇ ਉੱਥੇ ਕੋਈ ਫਰੈਂਡ ਬਣੀ, ਉੱਥੇ ਜਾ ਕੇ ਫਰੈਂਡ ਬਣੀ, ਉਹਨੂੰ ਕਿਹਾ ਵੀ ਤੂੰ ਖੜਨੀ, ਉਹਨੇ ਉਹਨੂੰ ਕਿਹਾ ਵੀ ਤੂੰ ਪੜ੍ਹਾ ਲੈ ਅਤੇ ਉਹਦੀ ਅਕੈਡਮੀ ਚੱਲਦੀ ਹੈ ਬਹੁਤ ਸੋਹਣੀ। ਅਤੇ ਬੇਟਾ ਅਟਰਲੀ ਇੰਟੈਲੀਜੈਂਟ ਹੈ, ਉਹ ਕਹਿੰਦਾ ਮੈਂ ਫੁੱਟਬਾਲ ਖੇਡਣਾ, ਮੈਂ ਫੁੱਟਬਾਲ ਖੇਡਣਾ, ਪੰਜਾਬੀ ਯੂਨੀਵਰਸਿਟੀ ਛੱਡਿਆ ਦਾ ਦਲਵੀਰ ਉਹਨਾਂ ਦੀ ਅਕੈਡਮੀ 'ਚ, ਪਰ ਉਹਦੇ ਉੱਥੇ 2-3 ਮਹੀਨੇ ਬਾਅਦ ਗੱਲ ਸਮਝ ਆ ਗਈ ਮੁੜਿਆ ਅਤੇ ਮਤਲਬ ਉਦੋਂ ਮੈਂ ਫਿਰ ਪੁੱਛਿਆ ਵੀ ਨਹੀਂ, ਕਾਫੀ ਦੇਰ ਬਾਅਦ ਮੈਂ ਬਸ ਮੈਂ ਇੱਕੋ ਹੀ ਗੱਲ ਪੁੱਛੀ ਵੀ ਭਾਈ ਕੋਈ ਗੜਬੜ ਕਰਕੇ ਤਾਂ ਨਹੀਂ ਆ ਗਿਆ, ਕਿਉਂਕਿ ਉਹੋ ਜਿਹੀ ਗੱਲ ਹੋ ਗਈ ਤਾਂ ਆਪਾਂ ਉਹਨੂੰ ਠੀਕ ਕਰ ਸਕਦੇ ਹਾਂ, ਮੈਂ ਜਾ ਸਕਦਾ ਸੋਰੀ ਕਹਿ ਸਕਦੇ ਹਾਂ ਬਿਲਕੁਲ। ਅਤੇ ਉਹ ਕਹਿੰਦਾ ਵੀ ਨਹੀਂ ਉਹ ਤਾਂ ਚਾਹੇ ਪੁੱਛ ਲਓ, ਖਾਸੀ ਦੇਰ ਬਾਅਦ ਉਹਨੇ ਮੈਨੂੰ ਦੱਸੀ ਕਹਿੰਦਾ ਵੀ ਡੈਡੀ ਉਹ ਮੇਰੀ ਦੁਨੀਆ ਹੈ ਨਹੀਂ ਸੀ, ਚਲ ਇਹ ਵੀ ਠੀਕ ਹੈ, ਚਲ ਫਿਰ ਆਪਾਂ ਹੁਣ ਤੂੰ ਮੇਰੇ ਕੋਲ ਅਕੈਡਮੀ 'ਚ ਆ ਜਾ ਆਪਾਂ BA ਕਰਾਂਗੇ ਅਤੇ ਬਸ ਤੂੰ IAS ਕਰੇਗਾ। ਮੇਰੇ ਕਈ ਵਿਦਿਆਰਥੀ ਨੇ ਜਿਹੜੇ IAS IPS ਨੇ, ਫਿਰ ਉਹ ਬੇਟੀ ਬਾਹਰ ਚਲੀ ਗਈ, ਉਹਨਾਂ ਨੇ ਕਿਹਾ ਵੀ ਬਾਹਰ ਜਾਣਾ, ਮੈਂ ਬਾਹਰ ਤੋੜਦੇ, ਉੱਥੇ ਵੀ ਉਹਨਾਂ ਦੀ ਜ਼ਿੰਦਗੀ 'ਚ ਕੋਈ ਦਖਲ ਨਹੀਂ ਦਿੱਤਾ, ਇੱਥੇ ਵੀ ਨਹੀਂ ਦਿੱਤਾ। ਮੁੰਡਾ ਸਾਡਾ ਬਹੁਤ ਜ਼ਿਆਦਾ ਵਧੀਆ ਪੜ੍ਹਨ ਵਾਲਾ ਸੀ, ਇਹ ਮਤਲਬ ਪੰਜਾਬੀ ਯੂਨੀਵਰਸਿਟੀ ਮਤਲਬ ਪੰਜਾਬੀ ਦੇ ਚੰਗੇ ਪ੍ਰੋਫੈਸਰਾਂ 'ਚੋਂ ਹੁੰਦਾ, ਲੇਕਿਨ ਮੈਂ ਕਬੱਡੀ ਖੇਡਣਾ, ਕਬੱਡੀ ਖੇਡਣਾ, ਇਹ ਏਮ ਨਹੀਂ ਘੜੇ ਅਤੇ ਮੈਂ ਇਹਨਾਂ ਨੂੰ ਘੜ ਕੇ ਬਹੁਤ ਛੋਟੇ ਕਰ ਦਿੰਦਾ ਅਤੇ ਜਿੱਡੇ ਜਿੱਡੇ ਹੁਣ ਨੇ ਇਹਨਾਂ ਨੇ ਹੋਣਾ ਨਹੀਂ, ਹੁਣ ਇਹਨਾਂ ਨੇ ਵਗਦੇ ਪਾਣੀਆਂ ਨੇ ਆਪਣੇ ਰਾਹ ਲਏ ਨੇ ਅਤੇ ਬਹੁਤ ਖੂਬਸੂਰਤੀ ਜ਼ਿੰਦਗੀ ਜਿਉਂ ਰਹੇ ਨੇ। ਇਸ ਲਈ ਇਹ ਮੇਰੇ ਚਰਿੱਤਰ ਦਾ ਵਿਦਿਆਰਥੀਆਂ ਨੂੰ ਨਹੀਂ ਕਦੇ ਮੈਂ ਮਤਲਬ ਕਦੇ ਕਿਸੇ ਨੂੰ ਨਹੀਂ ਇਹ ਕਿਹਾ ਵੀ ਆਪਾਂ ਤੂੰ ਆਹ ਕਰ ਮੈਂ ਆਹ ਕਰੂੰਗਾ, ਵੀ ਤੂੰ ਦੱਸ ਕੀ ਕਰਨਾ ਉਹਦੇ 'ਚ, ਮੈਂ ਤੇਰੀ ਜਿੰਨੀ ਕੁ ਮਦਦ ਕਰਨੀ ਆ ਉਹ ਕਰ ਦਿੰਦਾ, ਪਹਾੜ ਚੜ੍ਹੇਗਾ ਜਿੰਨਾ ਕੁ ਧੱਕਾ ਲੱਗਿਆ ਮੈਂ ਭਾਈ ਉੱਪਰ ਨੂੰ ਲਾ ਦੂੰ, ਖੂਹ 'ਚ ਡਿੱਗੇਗਾ ਮੈਂ ਰੱਸਾ ਫੜਾ ਦੂੰ ਵੀ ਤੇਰੇ ਜ਼ਿਆਦਾ ਸੱਟ ਨਾ ਵੱਜੇ, ਵੀ ਮੈਂ ਤਾਂ ਇੰਨੀ ਕੁ ਮਦਦ ਕਰਦੀ। ਡਿਕਟੇਟ ਕਦੇ ਨਹੀਂ ਕੀਤਾ ਨਾ, ਮੈਨੂੰ ਇਸ ਗੱਲ 'ਚ ਯਕੀਨ ਹੈ ਵੀ ਦੁਨੀਆ ਦੀ ਸਾਰੀ ਅਕਲ ਮੈਨੂੰ ਇਹ ਦੇਤੀ ਰੱਬ ਨੇ, ਇਸ ਲਈ ਇਹ ਵੀ ਮਤਲਬ ਉਹ ਚਰਿੱਤਰ ਦਾ ਹੀ ਹਿੱਸਾ ਹੈ ਨਾ, ਇਹ ਵੀ ਇਹਨਾਂ ਨੇ ਆ ਜਵਾਕਾਂ ਨੇ ਲਾ ਤੇ ਪਾਪੂਲਰ 'ਚ, ਇੱਥੇ ਕੁਦਰਤੀ ਡੇਕਾਂ ਅਟਕਣਾ ਤਾਂ 100 ਕਿਸਮ ਦੀਆਂ ਬੇਰੀਆਂ ਸ਼ੇਰੀਆਂ ਹੋਈਆਂ ਅਤੇ ਉਹੀ ਦੇਖੀਆਂ ਉੱਥੇ, ਤਾਂ ਫਿਰ ਇਹਨਾਂ ਨੇ ਕਿਹਾ ਵੀ ਪਾਪੂਲਰ ਲਾਉਣਾ ਨੇ, ਮੈਂ ਵੀ ਇਹ ਲਾ ਲਓ, ਮੈਂ ਇਹਨਾਂ ਨੂੰ ਤਾਂ ਵੀ ਕੁਝ ਨਹੀਂ ਕਿਹਾ। ਇੱਕ ਹੋਰ ਗੱਲ ਮੈਂ ਨਾਲ ਜੋੜ ਦਿੰਦੀ ਹਾਂ ਜਿਹੜੀ ਤੁਸੀਂ ਮੈਨੂੰ ਗੱਲ ਸੁਣਾਉਣ ਵੇਲੇ ਕਹੀ ਸੀਗੀ ਕਿ ਇਹ ਘੜੇ ਨਹੀਂ ਇਸੇ ਕਰਕੇ ਜਿਉਂਦੇ ਨੇ, ਇਸੇ ਕਰਕੇ ਜਿਉਂਦੇ ਨੇ ਇੱਥੇ ਤਾਂ ਤੁਸੀਂ ਮਤਲਬ ਇਹ ਤਾਂ ਬਹੁਤ ਮੈਨੂੰ ਲੱਗਦਾ ਵੀ ਇਹੋ ਜਿਹੀ ਕੋਈ ਦੁਨੀਆਂ 'ਚ ਚੀਜ਼ ਹੈ ਨਹੀਂ ਹੈ ਨਾ, ਰੁੱਖਾਂ ਵਰਗੀ ਜਾਨਵਰਾਂ ਵਰਗੀ ਮੇਰਾ ਸੁਭਾਅ ਹੈ, ਮੈਂ ਤਾਂ ਇੱਥੇ ਸਾਰੀ ਦਿਹਾੜੀ ਬੈਠਾ ਕਾਟੋ ਨੂੰ ਦੇਖੀ ਜਾਊਂ, ਇੱਕੋ ਹੀ ਕਾਟੋ ਚੜ੍ਹ ਗਈ ਉੱਤਰ ਗਈ ਅਤੇ ਕਹਿਣਗੇ ਵੀ ਤੂੰ ਇੱਥੇ, ਮੈਂ ਸੱਚੀ ਹਾਂ ਧੁੱਪ 'ਚ ਬੈਠਾ ਰਹੂੰਗਾ ਅਤੇ ਭੁੱਲ ਜੂੰਗਾ,
ਉਹ ਮੈਨੂੰ ਇੰਨੀ ਮਤਲਬ ਅਚੰਬਿਤ ਕਰਦੀ ਹੈ। ਮੈਨੂੰ ਇਹ ਸਾਰੀਆਂ ਚੀਜ਼ਾਂ ਬਹੁਤ ਹੈਰਾਨ ਕਰਦੀਆਂ ਨੇ ਨਾ, ਇਹ ਪਤਾ ਨਹੀਂ ਕੀ ਸੋਚਦੀ ਫਿਰਦੀ ਹੈ, ਇੱਕ ਦੂਜੇ ਦੇ ਮਗਰ ਭੱਜੀਆਂ ਫਿਰਦੀਆਂ ਨੇ। ਅਤੇ ਆਹ ਹੁਣ ਇੱਥੇ ਆਲਣੇ ਪਾਉਣ ਲੱਗ ਜਾਣਗੇ ਬਈ, ਇੱਥੇ 200 ਆਲਣਾ ਹੋਊਗਾ ਇਹਨਾਂ 'ਤੇ ਨਾ। ਉਹ ਸਾਰੀ ਦਿਹਾੜੀ ਕੁਛ ਚਿੜੀਆਂ ਕਰਦੀਆਂ ਫਿਰੀ ਜਾਣਗੀਆਂ, ਅਤੇ ਮੈਂ ਇਹ ਪਤਾ ਨਹੀਂ ਕਿਹੜੇ ਕੰਮ ਲੱਗੀਆਂ ਹੋਈਆਂ ਨੇ ਹੈ। ਅਤੇ ਇਹ ਇਹ ਬਹੁਤ ਇਹ ਤਾਂ ਮੈਂ ਇੱਥੇ ਇੱਕ ਦਿਨ ਨਾ ਬੈਠਾ ਸੋਚਦਾ ਸੀ, ਉਹਦੇ ਨੂੰ ਪਤਾ ਨਹੀਂ ਕਿੰਨੀ ਕੁ ਦੁਨੀਆ ਸਹਿਮਤ ਹੋਊ ਨਾ ਹੋਵੇ, ਮੈਂ ਵੀ ਸਹਿਮਤ ਹੋਵਾਂ ਨਾ ਹੋਵਾਂ ਵੱਡਾ ਗੱਲ, ਲੇਕਿਨ ਮੇਰੇ ਮਨ 'ਚ ਆਇਆ, ਸਾਡੇ ਸਾਰਿਆਂ ਦਾ ਹੀ ਮਨ 'ਚ ਹੈ, ਮਤਲਬ ਤੁਸੀਂ ਉੱਥੋਂ ਸ਼ੁਰੂ ਕਰੇਂਗੇ ਨਾ ਸਿਰੇ ਤੱਕ। ਕੋਈ ਪਰਿਵਾਰ ਇਹੋ ਜਿਹਾ ਨਹੀਂ ਜਿਹਦੇ ਬੱਚੇ ਬਾਹਰ ਨਹੀਂ ਗਏ ਹੋਏ, ਸਾਡੇ ਤਾਂ ਸਾਰੇ ਚਲੇ ਗਏ। ਤਕਰੀਬਨ ਹਰ ਪਿੰਡ 'ਚ ਇਹ ਹਾਲ ਹੋ ਗਿਆ। ਅਤੇ ਇਸ ਲਈ ਸੈਮੀਨਾਰਾਂ 'ਚ ਗੱਲਾਂ ਬਾਤਾਂ 'ਚ ਤੁਸੀਂ ਸੁਣਦੇ ਹੋ ਵੀ ਪੰਜਾਬ ਉੱਜੜ ਰਿਹਾ। ਮੈਂ ਇੱਕ ਦਿਨ ਬੈਠਾ, ਮੈਂ ਇੱਥੇ ਬੋਲਣ ਜਾਣਾ ਸੀ ਪੰਜਾਬੀ ਯੂਨੀਵਰਸਿਟੀ ਕਿਸੇ ਵਿਸ਼ੇ 'ਤੇ, ਮੈਂ ਕਿਹਾ ਵੀ ਯਾਰ ਅਸੀਂ ਕਹੀ ਜਾਂਦੇ ਵੀ ਪੰਜਾਬ ਉੱਜੜ ਰਿਹਾ ਉੱਜੜ ਰਿਹਾ, ਉੱਜੜ ਤਾਂ ਅਸੀਂ ਰਹੇ ਹਾਂ, ਜਾ ਤਾਂ ਅਸੀਂ ਰਹੇ ਹਾਂ, ਪੰਜਾਬ ਨੂੰ ਇਹ ਗੱਲ ਦਾ ਕੀ ਫਰਕ ਪੈਣਾ ਵੀ ਜੇ ਅਸੀਂ ਸਾਰੇ ਵੀ ਚਲੇ ਜਾਈਏ, ਪੰਜਾਬ ਦਾ ਕੀ ਵਿਗੜਦਾ, ਪੰਜਾਬ ਤਾਂ ਸਮਾਂ ਸੁਖੀ ਹੋ ਜੂ, ਅਸੀਂ ਤਾਂ ਪਾਣੀ ਕੱਢ ਕੱਢ ਬਰਬਾਦ ਕਰਤਾ। ਜਿਹੜੇ ਇੱਥੇ ਆ ਕੇ ਰਹਿਣ ਲੱਗਣਗੇ, ਮੰਨ ਲਓ ਇਹ ਪ੍ਰਵਾਸੀ ਆ ਕੇ ਰਹਿੰਦੇ ਨੇ, ਪੰਜਾਬ ਇਹਨਾਂ ਨੂੰ ਦੇ ਦੂ ਜਿਹੜਾ ਕੁਛ ਦੇਣਾ। ਪੰਜਾਬ ਕੋਲ ਤਾਂ ਜਿਹੜੇ ਖਜ਼ਾਨੇ ਨੇ ਉਹਨੇ ਲੁਟਾਉਣੇ ਨੇ, ਜਿਹੜੀ ਹੋਰ ਦੁਨੀਆ ਆ ਜੂ ਆਹ ਹਰਿਆਲੀ, ਮਤਲਬ ਮੈਂ ਇਹ ਕਹਿੰਦਾ ਵੀ ਮੇਰਾ ਆਹ ਘਰ ਹੈ, ਉੱਧਰ ਮੈਂ ਇਹ ਗੱਲ ਸੋਚੀ ਵੀ ਇਹ ਮੇਰਾ ਘਰ ਹੈ ਵੀ ਯਾਰ ਇੱਥੇ ਇਹਨੇ ਦਰਖਤ ਨੇ, ਇੱਥੇ ਆ ਬਈਏ ਫਿਰਦੇ ਨੇ, ਇਹਨਾਂ ਨੇ ਆਲਣੇ ਪਾਏ ਹੋਏ ਨੇ, ਇਹ ਕਾਟੋਆਂ ਫਿਰਦੀਆਂ ਨੇ, ਸੱਪ ਆ ਜਾਂਦੇ ਨੇ, ਵੀ ਇਹਨਾਂ ਦਾ ਕੁਛ ਨਹੀਂ ਫਿਰੇ ਘਰ 'ਚ, ਇਹ ਯਾਰ ਇਹਨਾਂ ਦਾ ਵੀ ਘਰ ਹੈ, ਪਤਾ ਨਹੀਂ ਕਿੱਥੋਂ ਚੁੱਕ ਚੁੱਕ ਕੇ ਇੱਥੇ ਆਏ ਨੇ, ਇਹ ਇਹਨਾਂ ਦਾ ਵੀ ਘਰ ਹੈ, ਅਤੇ ਮੇਰੇ ਜਾਣ ਨਾਲ ਨਹੀਂ ਇਹਨੇ ਉੱਜੜਨਾ, ਇਹ ਖਬਰ ਹੈ ਹੋਰ ਵੱਧ ਬਸ ਜਾਵੇ। ਮੈਂ ਤਾਂ ਇਹ ਕਹਿੰਦਾ ਵੀ ਦਰਖਤ ਲਾਉਣ ਦੀ ਲੋੜ ਨਹੀਂ ਤੁਹਾਨੂੰ, ਕੱਟਣੇ ਬੰਦ ਕਰ ਦਿਉ, ਪੈਦਾ ਤਾਂ ਇਹ ਧਰਤੀ ਨੇ ਆਪੇ ਕਰ ਲੈਣੇ ਨੇ, ਉਹਦੇ ਪੁੱਤ ਨੇ ਇਹ। ਬਿਲਕੁਲ, ਮੈਨੂੰ ਤਾਂ ਮਤਲਬ ਐਂ ਲੱਗਦਾ ਵੀ ਇਹ ਮੈਨੂੰ ਬੜਾ ਚੰਗਾ ਲੱਗਿਆ ਇਹ ਗੱਲ ਵੀ ਯਾਰ, ਇਹ ਸਾਰਿਆਂ ਦੀ ਹੈ ਸ੍ਰਿਸ਼ਟੀ, ਇਹਨਾਂ ਦੀ ਵੀ ਹੈ, ਸੋ ਪੰਜਾਬ ਇਹਨਾਂ ਦਰਖਤਾਂ ਦਾ ਵੀ ਹੈ। ਬਿਲਕੁਲ, ਹੁਣ ਇਹ ਗੱਲ ਮੈਨੂੰ ਆਪਣੇ ਆਪ ਨੂੰ ਵੀ ਖਬਰ ਹੈ, ਮੈਂ ਇਹਦੇ ਨਾਲ ਸਹਿਮਤ ਨਾ ਹੋਵਾਂ ਜਾਂ ਕੋਈ ਹੋਰ ਨਾ ਹੋਵੇ, ਹੁਣ ਲੱਗਦਾ ਵੀ ਮੈਨੂੰ ਗਲਤ ਹੈ ਯਾਰ, ਇਹੋ ਜਿਹੀ ਵੀ ਹੈਗੀ ਹੈ ਇੱਕ, ਇਹ ਸਾਰੀ ਕਾਇਨਾਤ ਹੈ ਜਿਹੜੀ ਜਿੰਨੀ ਪੰਜਾਬ 'ਚ ਵੱਸਦੇ ਨੇ, ਸਾਰਿਆਂ ਦਾ ਪੰਜਾਬ ਹੈ। ਬਿਲਕੁਲ, ਇਹ ਘਰ ਸਾਰਿਆਂ ਦਾ ਜਿੰਨੇ ਇੱਥੇ ਰਹਿੰਦੇ ਨੇ, ਇਹ ਜਿਹੜੇ ਬੰਦੇ ਫਿਰਦੇ ਨੇ ਇਹ ਵੀ, ਜਿਹੜੇ ਜੀਵ ਫਿਰਦੇ ਨੇ ਇਹ ਵੀ, ਜਿਹੜੇ ਰੁੱਖ ਨੇ ਇਹ ਵੀ, ਅਤੇ ਸਾਡੇ ਇਹ ਵੀ ਕਿਤੋਂ ਆਉਂਦੀ ਹੈ ਸਾਡੇ ਨਾ, ਜੇ ਤੁਸੀਂ ਇੱਧਰ ਦੇਖੇਂਗੇ ਉਹ ਟੁੱਟ ਗਈ ਜਾਮਣ, ਹਨੇਰੀ ਆ ਗਈ ਅਤੇ ਟੁੱਟ ਗਈ, ਲੇਕਿਨ ਉਹ ਹਰੀ ਰਹਿ ਗਈ, ਉਹਦੀ ਜੜ ਲੱਗੀ ਰਹਿ ਗਈ, ਊਂ ਟੁੱਟ ਗਈ, ਕਾਣਾ ਜਿਹਾ ਆਇਆ ਇੱਥੇ ਤੱਕ ਆਇਆ ਹੋਇਆ, ਅਸੀਂ ਉਹ ਪੱਟੀ ਨਹੀਂ, ਉਹ ਉਵੇਂ ਹੀ ਹੈ, ਉਵੇਂ ਹੀ ਰਹੂਗੀ ਜੇ ਉੱਥੇ ਕੁਛ ਨਾ ਕਰਨਾ ਹੋਇਆ, ਉਹ ਉਹ ਜੀ ਹੋ ਜੂਗੀ। ਅਸੀਂ ਨਾ ਇੱਕ ਵਾਰੀ ਸਾਡੇ ਇੱਧਰ ਮੋਟਰ 'ਤੇ ਤੂਤ ਸੁੱਕ ਗਿਆ, ਅਤੇ ਉਹ ਜਮਾ ਠੂਠ ਰਹਿ ਗਿਆ, ਅਸੀਂ ਬਾਪੂ ਨੂੰ ਕਿਹਾ ਵੀ ਇਹ ਪੱਟ ਦੀਏ, ਉਹ ਕਹਿੰਦਾ ਤੁਹਾਨੂੰ ਕੀ ਕਹਿੰਦਾ ਇਹ ਖੜਾ ਹਰਾ ਹੋ ਜਾਂਦਾ ਹੁੰਦਾ, ਅਤੇ ਸਾਨੂੰ ਇਹ ਲੱਗੇ ਵੀ ਅਸੀਂ ਰੇੜੀ ਇੱਧਰ 'ਚ ਹੀ ਘੁਮਾ ਕੇ ਲੈ ਕੇ ਆਉਂਦੇ ਹਾਂ, ਆਏ ਜਾਂਦੇ ਹਾਂ, ਅੜਿੱਕਾ ਲੱਗਦਾ ਵੀ ਚੱਲ ਪਹਿਲਾਂ ਤਾਂ ਇਹਦੀ ਲੋੜ ਸੀ ਉੱਥੇ ਨਲਕੇ ਲਵਾਇਆ ਹੋਇਆ ਲਵਾਇਆ ਸੀ, ਮੇਰੇ ਬਾਪੂ ਦੀ ਇਹ ਬੜੀ ਸਿਫਤ ਸੀ, ਦੋਹਾਂ ਮੋਟਰਾਂ ਦੇ ਨਲਕੇ, ਜਦੋਂ ਆਹ ਘਰ ਇੱਥੇ ਥੋੜ੍ਹਾ ਹੁੰਦਾ ਹੀ ਨਹੀਂ ਸੀ ਕੁਛ, ਇੱਥੇ ਨਲਕਾ ਇੱਕ ਕਿਤੇ ਰਾਹ 'ਚ ਨਲਕੇ ਬੜੇ ਲਵਾਏ ਹੋਏ ਸੀ ਉਹਦੇ, ਅਤੇ ਮੈਨੂੰ ਲੱਗਦਾ ਸੀ ਵੀ ਪਾਣੀ ਬੜੀ ਚੀਜ਼ ਹੈ, ਰਹਿਣਾ ਚਾਹੀਦਾ ਵੀ, ਉਦੋਂ ਤਾਂ ਇਹਦੀ ਨਲਕੇ ਨੂੰ ਛਾਵਾਂ ਸੀ, ਹੁਣ ਇਹ ਤਾਂ ਕੀ ਹੈ। ਉਹ ਇੱਕ ਦਿਨ ਕਿਤੇ ਬਾਪੂ ਬਾਹਰ ਅੰਦਰ ਚਲਾ ਗਿਆ, ਅਸੀਂ ਮਗਰੋਂ ਸੋਚਿਆ ਵੀ ਇਹ ਅੱਜ ਖੜਕਾ ਦਿਉ, ਅਸੀਂ ਉਹ ਤੂਤ ਪੱਟਿਆ, ਅਤੇ ਪੱਟ ਕੇ ਨਾ ਪਰੇ ਕਮਾਦ 'ਚ ਗੰਨੇ ਦੇ ਖੇਤ 'ਚ ਛਿੱਟਿਆ ਹੁੰਦਾ ਵੀ ਉਹਨੂੰ ਪਤਾ ਹੀ ਨਾ ਲੱਗੇ ਵੀ ਇੱਥੇ, ਐਂ ਸਾਫ ਸੂਫ ਜਿਹਾ ਕਰਕੇ
ਕਿਉਂਕਿ ਚੱਲ ਜਦੋਂ ਉਹਨੇ ਭੁੱਲ ਭੱਲ ਜਾਣਾ ਹੁਣ ਇੰਨੀ ਕੁ ਚੀਜ਼ ਦੀਂਦੀ ਆ ਨਹੀਂ ਦੀਂਦੀ ਉੱਥੇ ਦਰਖਤ ਬਹੁਤ ਸੀ ਹੋਰ ਦੂਏ ਦਿਨ ਬਾਪੂ ਰੋਟੀ ਲੈ ਕੇ ਗਿਆ ਸਾਡੀ ਹਾਜ਼ਰੀ ਦੀ ਉਹਨੇ ਪਹਿਲੀ ਗੱਲ ਇਹ ਕਹੀ ਕਹਿੰਦਾ ਔਰ ਤੂੰ ਤਾਂ ਕਿੱਥੇ ਗਿਆ ਅੱਛਾ ਪਹਿਲਾਂ ਤਾਂ ਇਹੀ ਵੀ ਜਿਹਨੂੰ ਅਸੀਂ ਠੂਠ ਕਹਿੰਦੇ ਸੀ ਉਹਨੂੰ ਵੀ ਤੂੰ ਤਾਂ ਕਹਿੰਦਾ ਸੀ ਉਹ ਕਹਿੰਦਾ ਯਾਰ ਤੂੰ ਤਾਂ ਕਿੱਥੇ ਗਿਆ ਉਹੀ ਮਤਲਬ ਐਂ ਵੀ ਉਹ ਤਾਂ ਫਿਰ ਇੱਥੇ ਖੜੇ ਸੀ ਅਤੇ ਕੱਲ੍ਹ ਰੇੜੀ ਬੱਜੀ ਜੀ ਅਸੀਂ ਬਹਾਨਾ ਜਿਹਾ ਲਾਇਆ ਅਤੇ ਆਖਿਰਕਾਰ ਉਹ ਸਮਝ ਗਿਆ ਵੀ ਇਹਨਾਂ ਨੇ ਪੱਟਤਾ ਅਤੇ ਉਹ ਕਹਿੰਦਾ ਵੀ ਉਹ ਤੁਹਾਨੂੰ ਕੀ ਕਹਿੰਦਾ ਸੀ ਮੈਂ ਕਿਹਾ ਮੈਂ ਵੀ ਇੱਥੇ ਹੀ ਰੇੜੀ ਥੋੜ੍ਹੀ ਔਖੀ ਲੰਘਦੀ ਸੀ ਕਹਿੰਦਾ ਕਿਉਂ ਔਖੀ ਲੰਘਦੀ ਸੀ ਮੈਂ ਇੱਧਰ ਥੌਂ ਛੱਡਿਆ ਹੋਇਆ ਦਸ ਕਰਮਾ ਤਾਂ ਕਿ ਉਹ ਤੂੰ ਤਾਂ ਖੜਾ ਰਹੇ ਨਹੀਂ ਆਪਾਂ ਆਹ ਬੀਜਦੇ ਇਹ ਉਹਦੇ ਕਰਕੇ ਛੱਡਿਆ ਹੋਇਆ ਜੀ ਚਲੋ ਜੀ ਸਾਡੇ ਨਾਲ ਉਹਨੇ ਖਾਸੀ ਕੀਤੀ ਗੁੱਸਾ ਪਾਉਂਦਾ ਸੀ ਉਹਨੂੰ ਅਤੇ ਗੁੱਸੇ ਹੋਇਆ ਲੜਿਆ ਜਾ ਰਿਹਾ ਜਾਣੀ ਸਾਡੇ ਨਾਲ ਉਹ ਦੋ ਤਿੰਨ ਚਾਰ ਦਿਨ ਚਲੋ ਫਿਰ ਗੱਲ ਪਾਈ ਗਈ ਹੋ ਗਈ ਠੀਕ ਹੋ ਗਿਆ ਕਿਤੇ ਜਦੋਂ ਅਸੀਂ ਪੀੜਨਾ ਸ਼ੁਰੂ ਕੀਤਾ ਸਾਡੇ ਬਹੁਤ ਕਮਾਦ ਬਹੁਤ ਹੁੰਦਾ ਸੀ ਇੱਧਰ ਸਾਡੀ 10-12 ਕਿੱਲੇ ਰੇਤੇ ਜਾਂ ਜ਼ਮੀਨ ਉਹ ਸਾਰੀ ਉਹ ਅਸੀਂ ਕਮਾਦੇ ਬੀਜ ਦਿੰਦੇ ਅਤੇ ਸਾਰਾ ਪੀੜਦੇ ਸੀ ਮੇਰੇ ਬਾਪੂ ਨੂੰ ਸ਼ੱਕਰ ਵਾਲਾ ਬਾਬਾ ਕਹਿੰਦੀ ਆਹ ਤੁਸੀਂ ਦੇਖੇਂਗੇ ਉਹ ਬਰਾਂਡਾ 25x25 ਦਾ ਇੱਕੋ ਕਮਰਾ ਇਹ ਖੁੱਲ੍ਹੀ ਖੰਡ ਨਾਲ ਭਰਤਾ ਸੀ ਇੱਕ ਵਾਰੀ ਅਤੇ ਤੁਹਾਨੂੰ ਇਹ ਪਤਾ ਨਹੀਂ ਇਹਨੂੰ ਵੀ ਖੰਡ ਵੀ ਕੀ ਹੁੰਦੀ ਹੈ ਖੰਡ ਕੱਢਦੇ ਹੁੰਦੇ ਸੀ ਅੱਗੇ ਇੱਕ ਖੰਡ ਹੁੰਦੀ ਸੀ ਬਹੁਤ ਬਹੁਤ ਸੋਹਣੀ ਉਹ ਖੁੱਲ੍ਹੀ ਖੰਡ ਨਾਲ ਭਰਤਾ ਸੀ ਮਤਲਬ ਇੰਨਾ ਸਾਡੇ ਹੁੰਦਾ ਸੀ ਅਤੇ ਉਹ ਕਿਤੇ ਉਹ ਜਦੋਂ ਵੜਦੇ ਵੜਦੇ ਜੇ ਉੱਥੇ ਗਏ ਅਤੇ ਬਾਪੂ ਨੇ ਦੇਖਿਆ ਵੀ ਉਹਦਾ ਆਹ ਸੱਟਿਆ ਹੋਇਆ ਅਤੇ ਉਹ ਨਾ ਸਾਨੂੰ ਕਲਾੜੀ 'ਚੋਂ ਲੈ ਕੇ ਗਿਆ ਅੱਛਾ ਕਹਿੰਦਾ ਉਹ ਦੇਖੋ ਤੂੰ ਤਾਂ ਫੁੱਟਿਆ ਆ ਅੱਛਾ ਉਹ ਫੁੱਟਿਆ ਟਾਣੀਆਂ ਨਿਕਲੀਆਂ ਉਹਨੂੰ ਉਹ ਕਹਿੰਦਾ ਯਾਰ ਇਹਨੇ ਹਰਾ ਹੋ ਜਾਣਾ ਸੀ ਉੱਥੇ ਆਪਾਂ ਮਤੇ ਜਦ ਉਹਨੂੰ ਮੰਨ ਗਏ ਤਾਂ ਆਪਾਂ ਮਰੀਦ ਹੋ ਗਏ ਤੇਰੇ ਹੈ ਨਾ ਪਰ ਇਹ ਜਿਹੜੀ ਸ੍ਰਿਸ਼ਟੀ ਨਾਲ ਮੁਹੱਬਤ ਹੈ ਇਹ ਉਹਦੇ 'ਚ ਬਹੁਤ ਸੀ ਬਾਪੂ 'ਚ ਬਹੁਤ ਹੈ ਜੀ ਸਾਡੇ ਇੱਕ ਅਸੀਂ ਤਾਂ ਯਾਰ ਉਹ ਰਹੇ ਹੀ ਨਹੀਂ ਹੁਣ ਮਤਲਬ ਸਾਡੇ ਨਾ ਬਲਦ ਨੂੰ ਬਲਦ ਬੁੜਾ ਹੋ ਗਿਆ ਅਤੇ ਉਹਨੂੰ ਸਿੰਘ ਦਾ ਕੈਂਸਰ ਹੋ ਗਿਆ ਅੱਛਾ ਜੀ ਉਹਦਾ ਸਿੰਘ ਟੁੱਟ ਗਿਆ ਡਾਕਟਰ ਲਿਆਂਦਾ ਅਤੇ ਉਹ ਕਹਿੰਦਾ ਵੀ ਇਹਨੂੰ ਕੈਂਸਰ ਹੋ ਗਿਆ ਇਹ ਬਚਣਾ ਨਹੀਂ ਇਹਨੇ ਅਸੀਂ ਅੰਦਰ ਲੈ ਕੇ ਰਹਿੰਦੇ ਸੀ ਡੰਗਰ ਇੱਥੇ ਬੰਨਦੇ ਸੀ ਅਤੇ ਜਿੰਨੀ ਦੇਰ ਬਲਦ ਤੁਰਦਾ ਫਿਰਦਾ ਰਿਹਾ ਬਾਪੂ ਉਹਨੂੰ ਕੱਖ ਪਾਂਡਾ ਪਾਉਂਦਾ ਰਿਹਾ ਅਤੇ ਜਦੋਂ ਉਹ ਡਿੱਗ ਗਿਆ ਫਿਰ ਜਦੋਂ ਤਾਂ ਪਾਸਾ ਦੇ ਦੇਣਾ ਦੂਜੇ ਸਿੰਘ ਵਾਲੇ ਪਾਸੇ ਉਦੋਂ ਤਾਂ ਕੋਈ ਗੱਲ ਨਹੀਂ ਲੇਕਿਨ ਜਿਹੜੇ ਦੋ ਦਿਨ ਉਹਨੇ ਉਹ ਟੁੱਟੇ ਹੋਏ ਸਿੰਘ ਭਰਨੇ ਪੈਣਾ ਬਾਪੂ ਨੇ ਪੀੜ੍ਹੀ ਡਾਲੀ ਉਹਦਾ ਸਿਰ ਚੱਕ ਕੇ ਰੱਖਿਆ ਪੌੜ ਤਾਂ ਸੌਂ ਗਿਆ ਬਾਪੂ ਨਹੀਂ ਸੁੱਤਾ ਨਹੀਂ ਜਦੋਂ ਉਹ ਮਰਿਆ ਤਾਂ ਬਾਪੂ ਦੇ ਹੱਥ 'ਤੇ ਉਹਦਾ ਸਿਰ ਸੀਗਾ ਉਹ ਕਹਿੰਦਾ ਯਾਰ ਇਹਦਾ ਜਦ ਸਿੰਘ ਹੇਠ ਲੱਗਦਾ ਨਾ ਇਹਨੂੰ ਤਕਲੀਫ ਹੁੰਦੀ ਹੁਣ ਦੇਖ ਲਈ ਇਹ ਗੱਲ ਉਹ ਪੀੜ੍ਹੀ ਡਾ ਕੇ ਬਹਿ ਗਿਆ ਉਹਦੇ ਸਿਰਾਂ ਨੇ ਹੁਣ ਇਹ ਜਿਹੜੀ ਸੈਂਸਿਟੀਵਿਟੀ ਹੈ ਚੀਜ਼ਾਂ ਪ੍ਰਤੀ ਇਹ ਸਾਡੇ 'ਚ ਉਨੀ ਨਹੀਂ ਰਹੀ ਅਸੀਂ ਤਾਂ ਗੁਆਤੀਆਂ ਚੀਜ਼ਾਂ ਹੈ ਨਾ ਮਤਲਬ ਸਾਡੇ ਤਾਂ ਆਹ ਨਾ ਸੋਲਰ ਲਵਾਇਆ ਅਸੀਂ ਅਤੇ ਆਹ ਸਾਨੂੰ ਉੱਪਰੋਂ ਵੱਢਣਾ ਆਹ ਵੱਢਣਾ ਪਿਆ ਅਤੇ ਉਹ ਵੱਢਿਆ ਸਾਨੂੰ ਮਤਲਬ ਉਹ ਕਹਿੰਦੇ ਵੀ ਪੱਟ ਦਿਓ ਸਾਡਾ ਜਾਣੀ ਸਾਰਿਆਂ ਦਾ ਪਹਿਲਾਂ ਤਾਂ ਮਤਲਬ ਇੱਕ ਦੂਜੇ ਨੂੰ ਗੱਲ ਕਰਨ ਨੂੰ ਜੀ ਨਹੀਂ ਕਰਿਆ ਫਿਰ ਇਸ ਗੱਲ 'ਤੇ ਬਹੁਤ ਦੇਰ ਬਾਅਦ ਸਹਿਮਤੀ ਹੋਈ ਵੀ ਚੱਲ ਆਪਾਂ ਇਹਨਾਂ ਨੂੰ ਉੱਪਰੋਂ ਵੱਢ ਦਿੰਦੇ ਹਾਂ ਦਸ ਦਿਨ ਮਤਲਬ ਵੀ ਆਪਾਂ ਲਾ ਦਿੰਦੇ ਹਾਂ ਇਹਨਾਂ ਨੂੰ ਪੱਟ ਕੇ ਉੱਥੇ ਲਾ ਕੇ ਦੇਖ ਲਓ ਆਪਾਂ ਹੋਰ ਲਾ ਦਿੰਦੇ ਹਾਂ ਲਿਆ ਕੇ ਫਿਰ ਆਖਿਰਕਾਰ ਦਾਣੀ ਸਾਡਾ ਜੀ ਨਹੀਂ ਕਰਿਆ ਫਿਰ ਇਹਨਾਂ ਨੂੰ ਉੱਪਰੋਂ ਉਹਨੇ ਵੜਤਾ ਉਹ ਸੋਲਰ ਵਾਲੇ ਕਹਿੰਦੇ ਇਹ ਤਾਂ ਪੈਣਾ ਨਹੀਂ ਚਾਹੀਦਾ ਪਰਛਾਵਾਂ ਉਹ ਰਵੀ ਕੋਈ ਨਹੀਂ ਖੜ੍ਹੇ ਰਹਿਣ ਦਿਓ ਯਾਰ ਆਪਾਂ ਨੂੰ ਕੀ ਕਹਿੰਦੇ ਨੇ
ਹੁਣ ਇਹ ਇਹ ਨਹੀਂ ਇਹ ਮੈਂ ਇਕੱਲੇ ਇਹ ਤਾਂ ਬਾਪੂ ਦੇ ਬਹਾਨੇ ਨਾਲ ਗੱਲ ਹੈ ਉਸ ਵੇਲੇ ਦੇ ਬਹੁਤੇ ਬੰਦੇ ਜੀਆਂ ਨਾਲ ਇੰਨੀ ਉਹ ਮੁਹੱਬਤ ਕਰਦੇ ਉਹ ਉਹਨਾਂ ਦੇ ਘਰ ਦੇ ਜੀ ਸੀ ਲਾਬ ਰੋਟੀ ਬਾਅਦ 'ਚ ਖਾਣੀ ਬਲਦਾਂ ਨੂੰ ਪੀੜੀਆਂ ਪਹਿਲਾਂ ਦੇਣੀਆਂ ਬਿਲਕੁਲ ਯਾਨੀ ਸਾਡਾ ਸਾਂਝੀ ਇੱਕ ਲਾਣੇ ਨੂੰ ਉਦੋਂ ਬੀੜੀਆਂ ਹੁੰਦੀਆਂ ਸੀ ਹੈ ਨਾ ਵੀ ਸਾਡਾ ਬਲਦ ਲੈ ਕੇ ਜੋੜ ਲਿਆ ਉਹਨਾਂ ਨੇ ਅਸੀਂ ਉਹਨਾਂ ਦੇ ਲਿਆਂਦੇ ਸੰਦਾਂ ਦੀ ਸਾਂਝ ਹੁੰਦੀ ਸੀ ਡੰਗਰਾਂ ਦੀ ਸਾਂਝ ਹੁੰਦੀ ਸੀ ਇੱਥੇ ਤੱਕ ਕਿ ਯਾਰ ਦੁੱਧ ਪਾਤ ਦੀ ਸਾਂਝ ਹੁੰਦੀ ਸੀ ਵੀ ਮੰਨ ਲਓ ਸਾਡੇ ਘਰ ਦੁੱਧ ਨਹੀਂ ਰਿਹਾ ਇਹ ਤਾਂ ਮੇਰੇ ਐਨ ਯਾਦ ਹੈ ਅਤੇ ਉਹ ਗੁਆਂਢੀਆਂ ਨੇ ਜਿੰਨੀ ਦੇਰ ਸਾਡੀ ਮੱਝ ਨਹੀਂ ਸੂਈ ਸਾਨੂੰ ਡੇਢ ਮਹੀਨਾ ਦੁੱਧ ਦਿੱਤਾ ਅਤੇ ਉਹਦਾ ਕੋਈ ਪੈਸਾ ਨਹੀਂ ਲਿਆ ਉਹਨਾਂ ਦੇ ਕਦੇ ਉਵੇਂ ਹੋਇਆ ਹੋਊਗਾ ਅਸੀਂ ਕਰਤਾ ਹੋਊਗਾ ਬਿਲਕੁਲ ਬਿੜੀਆਂ ਹੁੰਦੀਆਂ ਸੀ ਬਿਲਕੁਲ ਸਾਡੇ ਪਿੰਡ 'ਚ ਕਿਹੋ ਜਿਹਾ ਲਾਣਾ ਸੀ ਇਹਨਾਂ ਦਾ ਅਤੇ ਉਹ ਸਾਂਝੀ ਕਹਿੰਦਾ ਵੀ ਬਾਬੇ ਇਹਨਾਂ ਨੂੰ ਬਲਦ ਨਹੀਂ ਦੇਣਾ ਆਪਾਂ ਨੇ ਅੱਛਾ ਮਤਲਬ ਬਾਪੂ ਨੇ ਉਹ ਵੀ ਆਪਣੇ ਨਾਲ ਗੁੱਸੇ ਹੋ ਜਾਣਗੇ ਸਾਡੀ ਇੰਨੀ ਬਣੀ ਹੋਈ ਹੈ ਇਹਨਾਂ ਨੂੰ ਕਹਿੰਦਾ ਵੀ ਇਹਨਾਂ ਨੂੰ ਨਹੀਂ ਦੇਣਾ ਇਹ ਦੁਪਹਿਰੇ ਨੂੰ ਇਹਨੂੰ ਛੱਡਦੇ ਨਹੀਂ ਹੈਗੇ ਬਲਦਾਂ ਨੂੰ ਉਹ ਆਪਣੇ ਬਲਦਾਂ ਨੂੰ ਵੀ ਨਹੀਂ ਸੀ ਛੱਡਦੇ ਅੱਛਾ ਹਾਂ ਆਪ ਰੋਟੀ ਖਾਣਾ ਜਾਣਗੇ ਦੂਏ ਬੰਦੇ ਨੂੰ ਹੜ ਲੈ ਆਉਣਗੇ ਕੱਖ ਵੀ ਮਸਾਂ ਖਾਣ ਦਿੰਦੇ ਨੇ ਇਹਨੂੰ ਬਲਦ ਨਹੀਂ ਦੇਣਾ ਹੁਣ ਉਹ ਜਿਹੜੀ ਬਹੁਤੇ ਬੰਦਿਆਂ 'ਚ ਉਸ ਤਰ੍ਹਾਂ ਦੀ ਸੈਂਸਿਟੀਵਿਟੀ ਹੋਣਾ ਅਤੇ ਜਿਹਦੇ 'ਚ ਨਹੀਂ ਹੈਗੀ ਉਹਨੂੰ ਮਾੜਾ ਮੰਨਣਾ ਬਿਲਕੁਲ ਜੇ ਕੋਈ ਦੁਪਹਿਰੇ ਹੜ ਪਾਉਂਦਾ ਤਾਂ ਸੱਚਮੁੱਚ ਮੈਂ ਤਾਂ ਬਾਪੂ ਨਹੀਂ ਕਹਿੰਦੇ ਸੋਹਣੇ ਨੇ ਵੀ ਤੂੰ ਦਿਨ ਢਲੇ ਆ ਜਾਈ ਸਵੇਰੇ ਜੋੜ ਲੈਂਦਾ ਹੈ ਨਾ ਹਾਲਾਂਕਿ ਜਿਹੜਾ ਗੋਕਾ ਹੈ ਬਲਦ ਨੇ ਇਹ ਧੁੱਪ ਘੱਟ ਮੰਨਦੇ ਨੇ ਠੰਡ ਜ਼ਿਆਦਾ ਮੰਨਦੇ ਉਹਨਾਂ ਨੇ ਇਸ ਲਈ ਇਹਨਾਂ ਨਾਲ ਉਹਨਾਂ ਨੂੰ ਵੀ ਕੱਟਣਾ ਹੈ ਮੱਝਾਂ ਦਾ ਚੰਮ ਮੋਟਾ ਹੁੰਦਾ ਇਹ ਧੁੱਪ ਔਰ ਗਰਮੀ ਜ਼ਿਆਦਾ ਮੰਨਦੀਆਂ ਨੇ ਚਲੋ ਇਹ ਤਾਂ ਫਿਰ ਇਹ ਤਾਂ ਹੁਣ ਸੱਭਿਆਚਾਰਕ ਗੱਲਾਂ ਜਿੰਨੀ ਮਰਜ਼ੀ ਹੋ ਜਾਣ ਹੋਰ ਬਥੇਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਸੀ ਤੁਹਾਡੀ ਲਿਖਣ ਸ਼ੈਲੀ ਨੂੰ ਲੈ ਕੇ ਆਪਾਂ ਫੇਰ ਕਰਾਂਗੇ ਕਹਿੰਦੇ ਤੁਸੀਂ ਪੜਿਓ ਸਾਰੀਆਂ ਚੀਜ਼ਾਂ ਪੜਿਓ ਫਿਰ ਆਇਓ ਵੈਸੇ ਵੀ ਤੁਹਾਨੂੰ ਇੱਧਰ ਲੰਘਦੇ ਕਰਦੇ ਹੁਣ ਤੁਹਾਨੂੰ ਪਤਾ ਲੱਗਿਆ ਕਰਦਾ ਬਿਲਕੁਲ ਹੈ ਨਾ ਤੁਹਾਨੂੰ ਮਤਲਬ ਹਰ ਵੇਲੇ ਆਉਣਾ ਚਾਹੀਦਾ ਜ਼ਰੂਰ ਜ਼ਰੂਰ ਅਤੇ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇੰਨਾ ਖੁੱਲ੍ਹਾ ਸਮਾਂ ਦਿੱਤਾ ਸਾਨੂੰ ਮਿਹਰਬਾਨੀ ਅਤੇ ਖਾਸ ਤੌਰ 'ਤੇ ਆਪਣੇ ਪਰਿਵਾਰ ਦੀਆਂ ਬਸ ਇਹੀ ਹੈ ਵੀ ਮੈਨੂੰ ਸਟੂਡੀਓ 'ਚ ਜਾ ਕੇ ਗੱਲਾਂ ਕਰਨੀਆਂ ਔਖੀਆਂ ਲੱਗਦੀਆਂ ਨੇ ਇੱਥੇ ਤਾਂ ਬੰਦਾ ਆਪਣੇ ਆਲੇ ਦੁਆਲੇ ਜਿਹੇ 'ਚ ਬੈਠਾ ਹੁੰਦਾ ਹੈ ਨਾ ਬਿਲਕੁਲ ਅਤੇ ਹੁਣ ਤੁਸੀਂ ਦੇਖੋਗੇ ਇੱਥੇ ਤਿਤਲੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤਿਤਲੀਆਂ ਸਾਡੇ ਬਰਸੀਮ 'ਚ ਬਹੁਤ ਆਉਂਦੀਆਂ ਇਹੀ ਤਾਂ ਮਤਲਬ ਮਤਲਬ ਫਿਰਦੇ ਹੀ ਰਹਿੰਦੇ ਤੀ ਉਹਨਾਂ ਦੇ ਆ ਅਤੇ ਚਲੋ ਕੋਈ ਨਹੀਂ ਭਾਈ ਬਹੁਤ ਮਿਹਰਬਾਨੀ ਚੰਗਾ ਲੱਗਿਆ ਤੁਸੀਂ ਆਏ ਅੱਜ ਕੱਲ੍ਹ ਤਾਂ ਮਹਿਮਾਨ ਆਉਂਦੇ ਹੀ ਨਹੀਂ ਹੈਗੇ ਜਿਹੜੇ ਆਉਣਗੇ ਵੀ ਆਏ ਮਤਲਬ ਸ਼ਾਮ ਨੂੰ ਚਾਹ ਪੀ ਕੇ ਮੁੜ ਗਏ ਰੋਟੀ ਖਾ ਕੇ ਸ਼ਾਮ ਨੂੰ ਫਿਰ ਚਲੇ ਗਏ ਕਿ ਇਹਨਾਂ ਨੂੰ ਸਾਡੇ ਪਰਿਵਾਰ 'ਚ ਮੇਰਾ ਮੈਂ ਆ ਜਿਹੜਾ ਮਤਲਬ ਐਂ ਕਿਤੇ ਜਾਣਾ ਅਤੇ ਫਿਰ ਰਹਿ ਕੇ ਆਉਣਾ ਅੱਛਾ ਜੀ ਦੋ ਦਿਨ ਭੈਣ ਕੋਲ ਰਹਾਂਗਾ ਅੱਛਾ ਜੀ ਜਿੱਥੇ ਵੀ ਮਿੱਤਰਾਂ ਦੇ ਜਾਊਂਗਾ ਉੱਥੇ ਰਹੂੰਗਾ ਦੋ ਦੋ ਦਿਨ ਨਹੀਂ ਮੁੜੂ ਅਤੇ ਹੁਣ ਸਾਡੇ ਖੜਦੇ ਤਾਂ ਮਤਲਬ ਮੇਰੀ ਮੈਸੇਜ ਆ ਪਿਓ ਪਿਓ ਕੀ ਨਹੀਂ ਜਾਂਦੀ ਛੱਡ ਕੇ ਘਰ ਤਾਂ ਕਿ ਨਹੀਂ ਇੱਥੇ ਘਰੇ ਤਾਂ ਕਨੇਡਾ ਬੜਾ ਜੀ ਲੱਗਿਆ ਬਹੁਤ ਸ਼ੁਕਰੀਆ ਚਲੋ ਠੀਕ ਹੈ ਆਪਾਂ ਹੁਣ ਪੁੱਛਾ ਤਾਂ ਪੁੱਛੀਏ ਨਹੀਂ ਚੰਗਾ ਲੱਗਿਆ ਭਾਈ ਤੁਸੀਂ ਆਏ ਮੈਨੂੰ ਤਾਂ ਵਧੀਆ ਲੱਗਣੀਆਂ ਸੀ ਇੰਨੀਆਂ ਗੱਲਾਂ ਪਰ ਪਤਾ ਨਹੀਂ ਆਪਾਂ ਕਿਹੜੀਆਂ ਗੱਲਾਂ ਕਰੀਆਂ ਕਿਹੜੀਆਂ ਨਹੀਂ ਮੈਨੂੰ ਇਹ ਸੀ ਵੀ ਕੋਈ ਹੋਰ ਗੱਲਾਂ ਕਰੇਂਗੇ ਉਹ ਸਾਹਿਤ ਸੂਹਤ ਦੀ ਹੋਣੀਆਂ ਜਿਹੜੀਆਂ ਮੇਰੀਆਂ ਕਹਾਣੀਆਂ ਦੀਆਂ ਹੋਣੀਆਂ ਪਰ ਇਹ ਵੀ ਠੀਕ ਨੇ ਹੈ ਮੈਂ ਕਹਿੰਦੀ ਸੀ ਵੀ ਹੋਰ ਗੱਲਾਂ ਕੀਤੀਆਂ ਜਾ ਸਕਦੀਆਂ ਸੀ ਫਿਰ ਆਪਾਂ ਅਗਲੀ ਮੁਲਾਕਾਤ ਕੋਈ ਨਹੀਂ ਕਿਤੇ ਵੀ ਹੋ ਜਾਣਗੀਆਂ ਅੱਜ ਤਾਂ ਉਹ ਰੂਬਰੂ ਜੀ ਵਾਲਾ ਹੀ ਹੋ ਗਿਆ ਕੰਮ ਹੈ ਬਿਲਕੁਲ ਸ਼ੁਕਰੀਆ ਮਿਹਰਬਾਨੀ ਸਤਿ ਸ਼੍ਰੀ ਅਕਾਲ ਦੋਸਤੋ ਇਹ ਸਨ ਸਾਡੇ ਨਾਲ ਬੀ ਸੋਸ਼ਲ ਦੇ ਬੇਹੱਦ ਖਾਸ ਪ੍ਰੋਗਰਾਮ ਸਿਗਨੇਚਰਸ ਦੇ ਵਿੱਚ ਬਲਵਿੰਦਰ ਸਿੰਘ ਗਰੇਵਾਲ ਹੋਰੀ ਇਹਨਾਂ ਦੀ ਕਹਾਣੀ ਮੂੰਹ ਪਾਸ਼ ਦੀ ਅਡੈਪਟੇਸ਼ਨ ਸਾਡੇ ਵਾਲੀ ਫਿਲਮ ਥੀਏਟਰਾਂ ਦੇ ਵਿੱਚ ਚੱਲ ਰਹੀ ਆ ਅੱਜ ਜਦੋਂ ਤੁਸੀਂ ਇਹਨਾਂ ਦੀ ਇੰਟਰਵਿਊ ਦੇਖੋਗੇ ਅੱਜ ਦੇ ਦਿਨ ਉਹ ਫਿਲਮ ਰਿਲੀਜ਼ ਹੋਣੀ ਆ ਅਤੇ ਹੋਰ ਅਗਲੇ ਕਈ ਦਿਨਾਂ ਦੇ ਲਈ ਉਹ ਸਿਨੇਮਾਘਰਾਂ ਦੇ ਵਿੱਚ ਰਹਿਣੀ ਆ ਜ਼ਰੂਰ ਜਾ ਕੇ ਆਇਓ ਤੁਸੀਂ ਇਹ ਫਿਲਮ ਦੇਖਿਓ ਅਤੇ ਇਸ ਤੋਂ ਇਲਾਵਾ ਇਹਨਾਂ ਦੀਆਂ ਕਹਾਣੀਆਂ ਇਹਨਾਂ ਦੀਆਂ ਆਈਆਂ ਕਿਤਾਬਾਂ ਨੂੰ ਤੁਸੀਂ ਜ਼ਰੂਰ ਪੜ੍ਹਿਓ ਅਤੇ ਇਹਨਾਂ ਦੇ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਕਰਿਓ ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ ਸਤਿ ਸ਼੍ਰੀ ਅਕਾਲ